ਬਾਈਏ ਨੂੰ ਬੁਲਟ ਨਾ ਸਮਝੀ, ਇਹੋ ਸਮਝ ਲਈ ਕਿ ਮੇਰੀ ਉਹ ਮਸ਼ੂਕ ਹੈ ਜਿਹਨੇ ਮੈਨੂੰ ਕਦੇ ਧੋਖਾ ਨਹੀਂ ਦਿੱਤਾ। ਇਹ ਕਿਹੜਾ ਰਿਵਾਲਵਰ ਹੈ? ਇਹ ਵੀ ਤਾਂ ਘੋੜਾ ਆ। ਘੋੜਾ ਤੇ ਘੋੜਾ ਵੀ ਉਹ ਜਿਹਦੀ ਜੱਜ ਜੱਦ ਲਗਾਮ ਖਿੱਚੇਗਾ। ਸਾਹਮਣੇ ਵਾਲੇ ਦੇ ਸਾਹ ਖਿੱਚ ਦੂ। ਚੰਗਾ ਭਾਬੀ ਚੱਲਦਾ। ਵੇ ਗੋਪੀ, ਗੋਪੀ! ਓਹੋ, ਖਾਣਾ ਤਾਂ ਖਾ ਜਾਂਦਾ ਇਸ ਮੁੰਡੇ ਨੂੰ ਨਾ, ਭੁੱਖ ਦੀ ਨਾ ਤੇ ਦੀ, ਦੁੱਖ ਦੁੱਖ ਚੱਕਿਆ ਨੀ ਕਿ ਬਾਹਰ ਨੂੰ। ਆ ਸਰਦਾਰਨੀਏ, ਕਿੱਧਰ ਲੰਘ ਗਿਆ ਤੇਰਾ ਲਾਡਲਾ ਸਵੇਰੇ ਸਵੇਰੇ ਬਿਨਾਂ ਦੱਸਿਆ ਹੀ? ਲੱਗਦਾ ਤੁਹਾਨੂੰ ਯਾਦ ਨੀ, ਅੱਜ ਉਹਦਾ ਮੈਚ ਹੈ ਤੇ ਮੈਚ ਵਾਲੇ ਦਿਨ ਘਰੇ ਨੀ, ਗਰਾਊਂਡ ਚ ਨਜ਼ਰ ਆਉਂਦਾ। ਇਹ ਤਾਂ ਹੈ, ਲੋਕਾਂ ਨੂੰ ਪੁੱਤ ਜੰਮੇ ਦਾ ਇੰਨਾ ਚਾਅ ਨੀ ਹੁੰਦਾ ਜਿੰਨਾ ਸਾਡੇ ਗੋਪੀ ਨੂੰ ਮੈਚ ਦਾ। ਚਲੋ ਹੁਣ ਉਹ ਤਾਂ ਚਲਾ ਗਿਆ, ਤੁਸੀਂ ਰੋਟੀ ਖਾਓ। ਸ਼ੱਕ ਲੈਨੇ ਬਾਦਸ਼ਾਹ ਤੇ ਦੁਹਾਈਆਂ ਪਾਵੇ, ਉਹ ਯਾਰਾਂ ਦਾ ਬੁਲਟ ਬੱਲੀਏ। ਉਹ ਕਿੱਦਾਂ ਤਾਇਆ? ਠੀਕ ਆ ਪੁੱਤਰਾ, ਸਤਿ ਸ੍ਰੀ ਅਕਾਲ, ਜਿਉਂਦਾ ਰਹਿ। ਸਤਿ ਸ੍ਰੀ ਅਕਾਲ ਚਾਚੀ। ਸਤਿ ਸ੍ਰੀ ਅਕਾਲ ਤਾਂ ਠੀਕ ਆ, ਪਰ ਆ ਪਟਾਕੇ ਜਿਹਾ ਮਜ਼ਾਕ ਕਰ, ਮੇਰੇ ਦਿਲ ਨੂੰ ਹੌਲ ਪੈਂਦਾ। ਇੰਨੇ ਨੀ ਸੁਧਰਨਾ। ਦੱਸਦੀ ਜਦੋਂ ਆ ਗਿਆ। ਉਹ ਕਿੱਦਾਂ ਅਮਲੀਆ, ਖੇਡਦੀ ਕਾਟ ਫੁੱਲਾਂ ਤੇ? ਓਏ ਗਾਂ ਨੂੰ ਵੇਖ ਤਾਂ ਸਹੀ, ਕਿਵੇਂ ਚਿੰਬੜੀਆਂ ਨੇ ਬਨੇਰਿਆਂ ਨਾਲ, ਭਲਾ ਇਹਨਾਂ ਨੂੰ ਕੋਈ ਮੇਰੇ ਵਰਗਾ ਗੱਭਰੂ ਨਹੀਂ ਦਿੰਦਾ। ਗੁਰਲੀਨ ਨੀ ਆ ਜਾ। ਇੱਧਰ ਨਹੀਂ, ਉੱਧਰ ਦੇਖ, ਉਹ ਤਾਂ ਗਿਆ। ਹੁਣ ਤੇਰੇ ਹਾਰ ਸ਼ਿੰਗਾਰ ਕਰਨ ਦਾ ਕੀ ਫਾਇਦਾ? ਉਹ ਤਾਂ ਡੁੱਕ ਡੁੱਕ ਕਰਦਾ ਉਹ ਲੰਘ ਗਿਆ। ਸ਼ਿਟ ਯਾਰ, ਨਾਲੇ ਗੱਲ ਸੁਣ, ਥੋੜਾ ਇੱਧਰ ਉੱਧਰ ਵੀ ਵੇਖ ਲੈ ਕਰ, ਚੁੜੇਲਾ ਚਿੰਬੜਾਂ ਨੂੰ ਫਿਰਦੇ ਨੇ ਤੇਰੇ ਰਾਂਝੇ ਨੂੰ। ਜਲਦੀ ਕੁਛ ਕਰ ਲੈ, ਨਹੀਂ ਤਾਂ ਹੱਥ ਮਲਦੀ ਰਹਿ ਜਾਏਗੀ। ਤੂੰ ਚੱਲ ਮੇਰੇ ਨਾਲ। ਦੇਖ ਲੈ, ਅੱਜ ਵੀ ਨਹੀਂ ਆਇਆ ਹਲੇ ਤੱਕ। ਆ ਮੈਸੀ ਦੇ ਐਕਸ਼ਨ ਫੋਲੋ ਕਰਦਾ ਕਰਦਾ ਆਕੜ ਵੀ ਹੁਣ ਉਹਦੇ ਵਾਂਗੂ ਰੱਖਣ ਲੱਗ ਗਿਆ। ਆਹੋ ਯਾਰ, ਇਹ ਤੇ ਹੈ। ਓਏ ਇਹ ਨੱਡੀਆਂ ਦਾ ਦਿਲ ਤੜਪਾਵੇ, ਓਏ ਯਾਰਾਂ ਦਾ ਬੁਲਟ ਬੱਲੀਏ। ਉਹ ਹਲੇ ਤੱਕ ਸਟੱਡ ਵੀ ਨਹੀਂ ਪਾਏ ਤੂੰ, ਪਰ ਤਿਆ ਤੂੰ ਲੇਟ ਕਰਾਏਗਾ ਅੱਜ, ਨਾਲੇ ਉਹਦਾ ਕੀ ਪਤਾ ਘਰੋਂ ਹੀ ਤਿਆਰ ਹੋ ਕੇ ਆਵੇ। ਤਿਆਰ ਆ ਮੈਂ ਬਸ। ਕਿੱਦਾਂ ਵੇ ਮਿੱਤਰੋ, ਰੈਡੀ ਹੋ? ਉਹ ਭਾਜੀ ਕਦੇ ਤਾਂ ਟਾਈਮ ਤੇ ਆ ਜਾ ਕਰੋ। ਸਟਾਰ ਆਦਮੀ ਹਮੇਸ਼ਾ ਲੇਟ ਹੀ ਆਉਂਦੇ ਆ ਭੋਲਿਆ। ਬੱਲੇ ਤੇਰੇ ਵੱਡੇ ਸਟਾਰ ਦੇ, ਓਏ ਜੇ ਸਟਾਰ ਲੇਟ ਆਉਂਦੇ ਆ ਨਾ ਤੇ ਚੱਲੋ ਦੋਵੇਂ ਜਣੇ ਟੀਮ ਨੂੰ ਲੈ ਕੇ ਗਰਾਊਂਡ 'ਚ। ਆ ਨਾ ਮੈਂ 2 ਘੰਟਿਆਂ ਤੱਕ। ਇਹ ਵੱਡਾ ਹੀਰੋ ਸਮਝਦਾ ਆਪਣੇ ਆਪ ਨੂੰ, ਸਾਲੇ ਜਰਾਬ ਸੁਣਾ ਕੇ ਮਾਰ ਦੂੰ। ਆਵੇ ਮੁੰਡੇ ਰੈਡੀ? ਰੈਡੀ ਸਰ। ਆ ਜਾਓ, ਚੱਲ ਆ ਜਾ ਗੁਲੀ, ਆ ਜਾ ਆ ਜਾ। ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇਖਣ ਵਾਸਤੇ ਸਾਰੇ ਦਰਸ਼ਕ ਜਿਹੜੇ ਆਏ ਹੋਏ ਨੇ ਉਹਨਾਂ ਦਾ ਸਵਾਗਤ ਕਰਦਾ ਮੈਂ ਹਰਿੰਦਰ ਭੁੱਲਰ। ਬਜਾਏ ਸੀਨੇ ਦੇ ਅੱਖਾਂ ਵਿੱਚ ਦਿਲ ਧੜਕਦਾ ਹੈ, ਇਹ ਇੰਤਜ਼ਾਰ ਦੀਆਂ ਘੜੀਆਂ ਵੀ ਬੜੀਆਂ ਅਜੀਬ ਹੁੰਦੀਆਂ ਹਨ। ਤੇ ਲਓ ਜੀ ਮੈਦਾਨ ਵਿੱਚ ਇਸ ਵੇਲੇ ਸੱਜੇ ਪਾਸੇ ਖੜੀ ਹੈ ਜੀ ਖਾਲਸਾ ਕਾਲਜ ਮਹਲਪੁਰ ਦੀ ਟੀਮ, ਜਿਸ ਦੀ ਕਪਤਾਨੀ ਕਰ ਰਿਹਾ ਮੁੱਛ ਫੁੱਟ ਗੱਭਰੂ ਗੋਪੀ। ਤੇ ਖੱਬੇ ਪਾਸੇ ਖੜੀ ਹੈ ਜੀ RN ਕਾਲਜ ਚੰਡੀਗੜ੍ਹ ਦੀ ਟੀਮ, ਜਿਸ ਦੀ ਅਗਵਾਈ ਕਰ ਰਿਹਾ ਨੌਜਵਾਨ ਵਿਕਰਮ।
बस कुछ कुपड़ा में ची मैच शुरू होने वाला है। आज कुंडिया दे फसन के सिंह ते देखते हैं केड़ी बड़े में खानी नितर दी है ते कौन कब्जा करता टूर्नामेंट दी इस ट्रॉफी ते। पिछले कुछ एक साल तो खालसा कॉलेज माहलपुर दी टीम ने किसे नु जेतू बन नहीं दिता। आज देखते हैं वो अपनी रिवायत नु कायम रख पाउंदी है या नहीं। लो जी इंतजार दिया करिया खत्म। चलो जी गोपी को गोपी ड्रिबल करता है तेजी के नाल अगे गोपी हासिल है टीम के गोपी तेजी के नाल हिरन वांग चुंगियां पर रहा है बाल में लेके अगे बढ़ रहा है ते दर्शक भी इस वेले पूरे ध्यान नाल मैच का आनंद मान रहे हैं। लो जी फिर एक बारी दोनों टीम मैदान दे विच आपो अपना पूरा जोर ला रही ने टीम खालसा कॉलेज की ते बॉल इस वेले पड़ता ते गोपी आपस दे विच बड़ा वधिया कंबीनेशन बना के खेल रहे हैं। खालसा कॉलेज की टीम तेजी नाल बाल में लेके अगे बढ़ रही है दर्शक गोपी गोपी कर रहे हैं ते गोपी ने मारिया गेंद को गोल ते रेफरी ने मारी है विसल ते स्कोर इस वेले 1-0। इधरो इधरो साले बंदर वांगू इधर उधर टपूसियां मारी जाने हो जे होर कुछ नहीं हुंदा ता एक अद्धी होजू मार के गोल तो कर लो सुखी बेइज्जती कराओगे जितना जुतना तो आप है नहीं पर आप खेडण जोगा इन्हां नूं भी नहीं छड्डना समझ गए ना। चलो मेरा पुत्त कोशिश कामयाब होंगी कि नहीं बॉल लेके विक्रम तेजी नाल बढ़ता है गोल पोस्ट के बाद विक्रम रोकर वास्ते खालसा कॉलेज दे प्लेयर चारे पासे नूं घेरा पाई गया विक्रम ने मारी एक बार गोल नहीं होया। मसा मसा तो कोई चीज आंदी है मेरी बाहों च बॉल नु रोकी मैं उन्हें जान दवा ते लगदा कोई ये तो फुटबॉल है मेरी जान बॉल ते गोली दे दरमियान सीने नाल ही लाके रखूंगा। इस वेले गोपी अपने पूरे जाहो जलाल दे विच ते दर्शक वीरो मैं थोनू दसना चाहुंदा है ओही खेड ग्राउंडा जिथो बाल कृष्ण इंदर सिंह गुरदेव सिंह गिल ते राजकुमार भोला वर्गे खिलाड़ी पैदा होए ने तेजी दे नाल गोपी बॉल नु लेके अगे वध रहा ते पिछे पिछे सारी टीम मैनू लगदा है गोपी दे तेवर सिखे हुंदे जा रहे ने ते जे आप नहीं मर दी तो मैं मार दा किवें सड़के कोल आई फिरदी है हाय नी एदे पादा तो गोपी वाल कोई देखे भी ना किवें गोपी दी रजिस्ट्री कराई फिरदी है। खालसा कॉलेज दे प्लेयर ने मारी है किक ते उधर हवा दे विच तेजी नाल सीते वांग चपटिया गोपी गोपी ने मारी बॉल नु किक ते गोल 3-0 बहुत बड़ा फासला मेरा ख्याल है बस खालसा कॉलेज बिल्कुल जीत दिया ब्रूहां ते विसल बज गई रेफरी परमप्रीत सिंह ने कर दिता इशारा के मैच खत्म। खालसा कॉलेज नु जित दिया बहुत बहुत मुबारक दोस्तों मिलते हैं अगले सीजन ते। देखिया फिर आज कमाल पढ़ता दिला सी यू आर अमेजिंग थैंक यू इंग्लिश तेरी भी बड़ी ऑसम है ना कला तू ही खेडया असि नहीं खेडया कांग्रेचुलेशन गोपी कमली नु टाइम से ही याद आ गया थैंक यू आता गोपी यार यार ए तेरे ते बाली होई सेंटी आ ओ मरदा तो सारा जागी है तेरे वीर ते हुण किदा किदा मान रख ला ना यार पर एदी गल होर है ओ एदी गल होर है ता वीर तेरे दी गल भी तेनु पता नहीं असि आउण वाले समय दे सुपरस्टार आ साडी महबूबा भी कोई सुपर मॉडल ही होऊगी एहो जी चली कमली नहीं खलो जा परे हो जाओ फिर मैनू सुपरस्टार दी फीलिंग लैण दो आ जा दवावा तेनु फीलिंग मैं मैच तो कदों का खत्म हो गया होना है ना पता नहीं केड़े काले हिरना दे सिंगा ते सवार आ हो इस उम्र च सारे इसे तरह करते होंगे तू बड़ा फिक्र ना करया कर बाकी दिनों की गल हो रहा जी पर अज तुहाडा जन्मदिन है घट्टो घट अज तो उन्हें जल्दी आ जाना चाहिए सवेर भी विश नहीं करके गया तुहानू आ फिरदा होना है किधरे वो फुटबॉल वाली जुंडली दे नाल मैच जितने की खुशी मनाते होने हैं होर उन्हें कितने जाना नाले हुणे स्टार हो गया है जी तो आम बंदे दा जन्मदिन नहीं इन्हां दी याद रहिंदा ना जी ना भुलता नहीं सकदा तुहानू ए तो हुण उहदे आए तो ही पता लगूगा तू बस चुप रही वेखदे की हुंदा
ठीक है, मैं अंदर जाके रोटी लगानी, आके खा लो। अले भाभी, चक ट्रॉफी एक होर अपने देवर दी। गोपी, तेरियां ट्रॉफियां दी गिनती नू देख के ता ऐ लगदा है कि इक चुबारा होर पौना पऊ। ओ कोई ना भाभी, पा लैने चुबारा भी, भाई साढ़े कोल पैसे दी कमी थोड़ी ना। क्यों भाई जी? ते भाई जी, अज मैच देखन नहीं आए तुसी? ओ तहसील च काम सी यार थोड़ा जा। चलो कोई ना, माफ कीता। भाभी फटाफट लियाओ, भुख बहुत लगी है। गोपी। हाँ जी। भला अज दिन की है? अज मंडे। मेरा मतलब अज तारीख की है? अज 26 तरीक है भाभी। अज कोई खास दिन नहीं है? आहो, अज आपां मैच जित के आए हैं, इत्तों खास दिन की हो सकता? भाई जी, अज अपना छत ते सोवांगे। कोई नहीं, सो जावे। ते जान लगे दुध भी ले जी। चंगा भाभी। हुण इहदे दिहाड़ी दे दो वारी बदाम कर दे, यादाश्त ठीक हो जूगी। सतनाम श्री वाहेगुरु। की गल, नींद नहीं आ रही? भूल गया ना तेरा लाडला? कोई नहीं बच्चा, मैच दे चक्करां च भूल गया होना। हाँ, इस वेले गोपी। हेलो, 10 मिनट पए ने हले। भाई जी, हैप्पी बर्थडे। ते नाले गिफ्ट सराने थले पिया। बदमाशा, आ की होए, कल नू कर दंदा विश? ओ इदा किदा हो सकदा भाई जी, गोपी रब भुल सकदा पर अपना वड्डा भाई नहीं। लुचड़ना होवे तां ओ आ की नेणे वाली गल है। चल तेरे मंजे, अज न्याणे ने सयाणे ते प्यार आया, अज ते दोवे इकट्ठे ही सोवांगे। चल 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 तेरे मंजे ते चल। चंगा भाई, मर्जी है थोड़ी। ओए गल सुन, कल दी कोई साई वधाई तां नहीं? आपां इक विआह ते चल के आउणा है। जो कु मेरे आका। देख्या। तेरे कोले? हां, मैं क्या सी ना, मैनू रखण दे कोले, नहीं भुल सकदा। ओ तेरे टिल्ले तू ओए सूरत दी दिया हीर दी। ओ भाभी आ की? गोपी, तू हाले तैयारी नहीं होया? बैठे थे इन्ना टाइम, ऐ लगदा जिवें तेरा व्याह होवे। छेती कर। जिन्ने कपड़े तुसी लै के रखे ना, इदां लगदा जिवें मेरा ही व्याह होवे। अच्छा, हो भी हो जू। हाय गुरु, कपड़े पा लै। ओ केड़े कपड़े? अगे अलमारियां भर के रखियां होया, बंदा कंफ्यूज ही हो जाए इदां ते। अच्छा, कोई नहीं बच्चू, कर लै ऐशा भाभी दे सिर ते। जदों भाभी लई सूट लेके आना पिया ना, ओदे पता लगू। ओ छेती तैयार हो। ओ तुसी जाओ यार, मैं हुणे तैयार होके आया। तड़े थले जाण तों पहला मैं आ जाऊंगा। आ जाऊंगा, आ जाऊंगा, पक्की गल, पक्की गल। ओले वेख गोरखा उड़दी ए फुलकारी। ਜੀਆਂ ਨੂੰ ਗਿਲ ਸਾਹਿਬ, ਜੀਆਂ ਨੂੰ। ਕਾਕੇ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਰੰਧਾਵਾ ਸਾਹਿਬ। ਲੋ ਮੁੰਡੇ ਦੇ ਚਾਚੇ ਨੂੰ ਹੋਰ ਵੀ ਜ਼ਿਆਦਾ ਵਧਾਈਆਂ ਜੀ। ਕਿਉਂ ਨਹੀਂ, ਕਿਉਂ ਨਹੀਂ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ? ਜਿਉਂਦਾਰਾ ਪੁੱਤ, ਜਵਾਨੀਆਂ ਮਾਣੇ। ਓ ਲੋ ਬਈ, ਅੱਜ ਤਾਂ ਸਾਡੇ ਪਲੇਅਰ ਨੇ ਵੀ ਵੇਲਾ ਕੱਢ ਹੀ ਲਿਆ ਫੁੱਟਬਾਲ ਤੋਂ। ਉਹ ਵੱਡੇ ਬਾਈ ਜੀ ਦਾ ਹੁਕਮ ਹੋਵੇ ਤੇ ਛੋਟੇ ਭਰਾ ਦਾ ਵਿਆਹ, ਫਿਰ ਇੱਕ ਦਿਨ ਦੀ ਪ੍ਰੈਕਟਿਸ ਤਾਂ ਮਿਸ ਕਰਨੀ ਉਹ ਬੰਦ ਹੀ ਹੈ। ਕਿਉਂ ਨਹੀਂ, ਆਹ ਬਈ, ਫਿਰ ਰੌਣਕਾਂ ਵੀ ਤੁਸੀਂ ਜਵਾਨਾਂ ਨਹੀਂ ਲਾਉਣੀਆਂ। ਆ ਜਾਓ ਫਿਰ, ਆ ਜਾਓ ਗਿੱਲ ਸਾਹਿਬ, ਆ ਜਾਓ ਆ ਜਾਓ। ਨਿੱਘਾ ਸਵਾਗਤ ਜੀ, ਆਇਆ ਵੈਲਕਮ, ਖੁਸ਼ਾਮਦੀਦ। ਕਹਿੰਦੇ ਕਿ ਨੱਚਣਾ ਵੀ ਆਬਾਦਿਤ ਹੋ ਜਾਂਦਾ ਜੇ ਨੱਚਣੇ ਦਾ ਚੱਜ ਹੋਵੇ। ਕੀ ਹੋਇਆ ਜੇ ਬੁੱਲੇ ਸ਼ਾਹ ਨੱਚਿਆ ਮਜਨੂੰ, ਲੈਲਾ ਨੇ ਪਾਲਿਆ ਦਿਦਾਰ ਨੱਚ ਕੇ। ਸੋ ਨੱਚਣ ਦੀ ਆਬਾਦਤ ਲੈ ਕੇ ਆ ਰਹੇ ਨੇ ਬਹੁਤ ਹੀ ਹੋਣਹਾਰ ਕਲਾਕਾਰ,
फनकार कलाकार तुहाडे दिलां दी धड़कन मिस काजल। खत्म ते गाना भी जो डाकिया साहब चल चल हुणे मुंडा पता नहीं किथे रह गया। आ गया किथे सी तू? सारे आके मुड़ी जांदे है आपा इन्हां दी प्लेटा गणा के जानी हुण कोई ना पर नाल दे पिंड दा मुंडा मिल गया सी एक चंगा प्लेयर है। अच्छा तेरे तो भी वध मेरे तो बात के थोड़ा ना हो सकता कि चल आ चलिए चलो गुरलीन की गल आज को आपे भी ऐसी गल आ गया जा हुन बुला रहे है। हाँ दस कॉपी अब बैठता खाएंगी कुछ? नहीं नहीं चल कुछ पी लेने आ। ठीक है
ਰਾਜ ਦੋ ਬਨਾਨਾ ਸ਼ੇਕ ਤਾਂ ਭੇਜੀ। ਓਏ ਮੈਂ ਫੁੱਟਬਾਲ ਥੋੜੀ ਨਾ ਖੇਡਦੀ ਆ ਜੋ ਮੇਰੇ ਲਈ ਬਨਾਨਾ ਸ਼ੇਕ ਮੰਗਾ ਰਿਹਾ। ਕੋਲਡ ਡਰਿੰਕ ਮੰਗਾ ਦੇ। ਇੱਕ ਬਨਾਨਾ ਸ਼ੇਕ ਤੇ ਇੱਕ ਕੋਲਡ ਡਰਿੰਕ ਲੈ ਆਇਆ ਫਿਰ। ਚੰਗਾ ਜੀ। ਇਦਾਂ ਮੇਰੇ ਨਾਲ ਰੋਜ਼ ਹੀ ਪੀ ਲਿਆ ਕਰ। ਉਹ ਨਹੀਂ ਯਾਰ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਬੋਲ। ਸਮਝ ਨਹੀਂ ਆਉਂਦਾ ਗੱਲ ਕਰਾਂ ਕਿਵੇਂ। ਅੱਜ ਤੂੰ ਸਮਝਣਾ ਬਸ ਬੋਲ ਦੇ। ਯਾਰ ਤੈਨੂੰ ਤਾਂ ਪਤਾ ਹੀ ਹੈ ਸ਼ਰਾਰਤਾਂ ਭਾਵੇਂ ਮੇਰੇ ਕੋਲੋਂ ਸੌਲਵ ਕਰਾ ਲਓ ਪਰ ਪਿਆਰ ਵਾਲੇ ਮਾਮਲੇ 'ਚ ਕੱਚਾ। ਨਾਲੇ ਤੇਰੇ ਕੋਲੋਂ ਇੱਕ ਗੱਲ ਪੁੱਛਣੀ ਸੀ। ਜਦੋਂ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨਾ ਹੋਵੇ ਤਾਂ ਕਿਵੇਂ ਕਰੀਦਾ? ਛੱਡ। ਪਰ ਤੇਰਾ ਲੱਗਦਾ ਅੱਜ ਗੋਪੀ ਨੇ ਦਿਲ ਖੋਲ ਹੀ ਲਿਆ। ਲੱਗਦਾ ਤਾਂ ਹੈ। ਹੈ ਨਾ? ਹਾਂ। ਇਹ ਬੜਾ ਸ਼ਰਮਾ ਕੇ ਭੱਜੀ ਹੈ। ਹੈਂ? ਉਹ ਕੁਝ ਨਹੀਂ ਯਾਰ। ਮੈਂ ਤੈਨੂੰ ਪੁੱਛਿਆ ਪ੍ਰਪੋਜ਼ ਕਿਵੇਂ ਕਰੀਦਾ। ਇਹਦੇ ਆਪਣੀ ਫੀਲਿੰਗ ਲੈ ਗਈ। ਇਹ ਚ ਕੀ ਸੀ? ਕਰ ਦਿੰਦਾ ਪ੍ਰਪੋਜ਼? ਕਹਿ ਦਿੰਦਾ ਲਵ ਯੂ ਟੂ? ਉਹ ਇਹਦੀ ਨਹੀਂ, ਮੈਂ ਕਿਸੇ ਹੋਰ ਦੀ ਗੱਲ ਕਰਦਾ ਸੀ। ਲੈ ਯਾਰ ਗੋਪੀ, ਤੂੰ ਇਹਦੇ ਤੇ ਰੈਸਲ ਕਰੀ ਜਾਣਾ। ਤੇਰੇ ਚੱਕਰ 'ਚ ਮੇਰੇ ਵੱਲ ਵੀ ਨਹੀਂ ਵੇਖਦੀ। ਵੈਸੇ ਇੱਕ ਗੱਲ ਕਹਾਂ, ਏਦਾਂ ਦੀ ਕੁੜੀ ਕਿਤੇ ਹੋਰ ਨਹੀਂ ਉਹ ਮਿਲਦੀ। ਉਹ ਮਿਲਣੀ ਨਹੀਂ, ਮਿਲ ਗਈ ਭੋਲਿਆ। ਤੇ ਉਹਦੇ ਵਰਗੀ ਦੁਨੀਆ ਤੇ ਕੋਈ ਹੋਰ ਨਹੀਂ। ਤੁਸੀਂ ਪੀਓ ਬਨਾਨਾ ਸ਼ੇਕ ਤੇ ਕੋਲਡ ਡਰਿੰਕਾਂ, ਵੱਡੋ ਬੁੱਲੇ। ਮਿੱਤਰਾਂ ਨੇ ਤਾਂ ਹੁਣ ਨੈਣਾ 'ਚ ਪੀ ਲਈ ਹੈ, ਸਰੂਰ ਹੀ ਸਰੂਰ ਹੈ। ਹੈਲੋ। ਹੈਲੋ। ਹਾਂਜੀ, ਮੈਂ ਗੋਪੀ। ਕੌਣ ਗੋਪੀ? ਤੁਹਾਨੂੰ ਕੱਲ ਮਿਲਿਆ ਸੀਗਾ ਹੁਸ਼ਿਆਰਪੁਰ ਵਿਆਹ ਤੇ, ਤੁਸੀਂ ਨੈਪਕਿਨ ਤੇ ਆਪਣਾ ਨੰਬਰ ਲਿਖ ਕੇ ਦਿੱਤਾ ਸੀ। ਹਾਂਜੀ ਹਾਂਜੀ, ਆ ਗਿਆ ਯਾਦ। ਹੋਰ ਕੀ ਹਾਲ ਨੇ? ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ? ਬਸ ਮੈਂ ਵੀ ਠੀਕ ਹੀ ਹਾਂ ਜੀ। ਵੈਸੇ ਗੱਲ ਦੀ ਸਮਝ ਨਹੀਂ ਆਈ ਮੈਨੂੰ। ਫੋਨ ਨੰਬਰ ਤਾਂ ਤੁਸੀਂ ਬੜੇ ਚੈਨਲ ਮੰਗਿਆ ਸੀ ਤੇ ਫੋਨ ਕੀਤਾ ਪੂਰੇ ਇੱਕ ਦਿਨ ਬਾਅਦ। ਫੋਨ ਤਾਂ ਮੈਂ ਕੱਲ੍ਹ ਦਾ ਹੀ ਟਰਾਈ ਕਰੀ ਜਾਂਦਾ। ਓ ਰੀਅਲੀ? ਮੈਨੂੰ ਤਾਂ ਕੋਈ ਕਾਲ ਨਹੀਂ ਆਇਆ। ਓ ਨਹੀਂ ਨਹੀਂ, ਮੇਰਾ ਮਤਲਬ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਮਝ ਨਹੀਂ ਆਉਂਦੀ ਸੀ ਗੱਲ ਕੀ ਕਰਾਂ। ਅੱਛਾ ਜੀ, ਤੇ ਹੁਣ ਸਮਝ ਆ ਗਈ ਫਿਰ? ਹਾਂਜੀ ਆ ਗਿਆ। ਕੀ? ਇਹੀ ਕਿ ਸਾਨੂੰ ਬਾਹਰ ਕਿਤੇ ਮਿਲਣਾ ਚਾਹੀਦਾ। ਇਸ ਵੇਲੇ? ਨਹੀਂ ਨਹੀਂ, ਮੇਰਾ ਮਤਲਬ ਕੱਲ ਕੁੱਲ ਨੂੰ ਕਿਤੇ। ਇੱਕ ਕੰਮ ਕਰ ਸਕਦੇ ਹਾਂ, ਕੱਲ ਇੱਕ ਲੋਕਲ ਹੀ ਫੰਕਸ਼ਨ ਹੈ ਮੇਰਾ, ਉਸ ਤੋਂ ਬਾਅਦ 5 ਕੁ ਵਜੇ ਮਿਲ ਸਕਦੇ ਹਾਂ। ਹਾਂਜੀ, ਕੀ ਕਹਿੰਦੇ ਹੋ? ਜ਼ਰੂਰ ਜੀ, ਪੱਕਾ ਮਿਲਦੇ ਹਾਂ। ਅੱਛਾ ਗੋਲੀ, ਮੈਂ ਕੱਲ ਮਿਲਦਾ ਪ੍ਰੈਕਟਿਸ ਤੇ, ਠੀਕ ਹੈ? ਕਿਹਦੇ ਨਾਲ ਲੱਗਿਆ ਹੋਇਆ ਚੋਰੀ ਚੋਰੀ? ਹੈਲੋ ਹੈਲੋ ਭਾਬੀ, ਉਹ ਗੋਲੀ ਦਾ ਫੋਨ ਸੀਗਾ, ਡਿਸਕਸ਼ਨ ਕਰਦਾ ਪਿਆ ਸੀ ਮੈਚ ਬਾਰੇ ਕੱਲ ਦੇ। ਅੱਛਾ, ਗੋਲੀ ਦਾ ਫੋਨ ਸੀ? ਚੱਲ ਠੀਕ ਹੈ, ਰੋਟੀ ਖਾ ਲੈ ਨੀਚੇ ਆ ਕੇ। ਖਾਣਾ ਆ ਗਿਆ ਬਸ। ਉਹ ਅੱਗੇ ਇਧਰੋਂ ਸੱਜੇ ਲੈ ਲਈ। ਹਾਂ ਹਾਂ ਪਤਾ। ਉਹ ਕਿੱਦਾਂ ਹੀਰੋ, ਕਿੱਧਰ ਤਿਆਰ ਸ਼ਿਆਰ ਹੋ ਕੇ ਖਿੱਚੀ ਹੈ ਬੱਕੀ? ਕੋਈ ਕੰਮ ਚੱਲਾ ਯਾਰ। ਯਾਰ ਗੋਪੀ, ਕੰਮ ਕੋਈ ਅੱਗੇ ਪਿੱਛੇ ਕਰ ਲੈਣਾ ਸੀ, ਹੁਣ ਪ੍ਰੈਕਟਿਸ ਦੇ ਟਾਈਮ ਤੇ ਕਿਹੜਾ ਕੰਮ ਕੱਢ ਲਿਆ? ਇੱਕ ਜ਼ਰੂਰੀ ਕੰਮ ਹੈ ਯਾਰ। ਅੱਛਾ, ਪਹਿਲਾਂ ਤੇ ਤੇਰੀ ਲਾਈਫ 'ਚ ਫੁੱਟਬਾਲ ਤੋਂ ਇਲਾਵਾ ਹੋਰ ਕੁਝ ਜ਼ਰੂਰੀ ਨਹੀਂ ਸੀ, ਹੁਣ ਨਿਕਲ ਆਇਆ ਹੋਣਾ। ਥੋੜਾ ਥੋੜਾ ਤੇ ਸਾਨੂੰ ਵੀ ਸਮਝ ਆਉਂਦਾ ਭਈ ਐਡਾ ਤਿਆਰ ਸ਼ਿਆਰ ਹੋ ਕੇ ਕਿਹੜੇ ਕੰਮ ਕਰਨ ਚੱਲਿਆ। ਤੈਨੂੰ ਜੋ ਸਮਝਣਾ ਸਮਝੀ ਜਾ, ਪਰ ਮੈਨੂੰ ਮੇਰੀ ਜ਼ਿੰਦਗੀ ਜੀਣ ਦੇ ਤਰੀਕੇ ਨਾ ਸਿਖਾ। ਦੇਖੀ ਹੀ ਜਾਓਗੇ, ਕੋਈ ਗੱਲ ਵੀ ਕਰੋਗੇ? ਨਹੀਂ, ਕਹਿਣਾ ਤਾਂ ਸੀ ਪਰ ਕੁਝ ਸਮਝ ਨਹੀਂ ਆ ਰਿਹਾ ਕੀ ਗੱਲ ਕਵਾਂ। ਯਾਦ ਆਇਆ, ਤੁਹਾਨੂੰ ਥੋੜੀ ਦੇਰ ਬਾਅਦ ਸਮਝ ਆਉਂਦੀ ਹੈ ਨਾ। ਇੱਕ ਕੰਮ ਕਰਦੇ ਹਾਂ, ਪਹਿਲੇ ਘੁੰਮਦੇ ਫਿਰਦੇ ਹਾਂ ਤੇ ਜਦੋਂ ਸਮਝ ਆ ਜਾਓ ਉਦੋਂ ਗੱਲ ਵੀ ਕਰ ਲਾਂਗੇ। ਠੀਕ ਹੈ, ਤੁਹਾਡਾ ਸ਼ਹਿਰ ਹੈ, ਜਿੱਥੇ ਕਹੋਗੇ ਉੱਥੇ ਚੱਲ ਪਾਂਗੇ। ਓਕੇ ਚਲੀਏ। Thank you.
ਜੇ ਤੁਹਾਨੂੰ ਮਾਈਂਡ ਨਾ ਹੋਵੇ ਤਾਂ ਇੱਕ ਗੱਲ ਪੁੱਛਾਂ। ਹਾਂਜੀ ਜ਼ਰੂਰ ਪੁੱਛੋ। ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਆਮ ਸੋਰੀ, ਮੈਂ ਕੁਝ ਗਲਤ ਨਹੀਂ ਪੁੱਛ ਲਿਆ ਤੁਹਾਨੂੰ? ਨਹੀਂ ਬਸ ਉਦਾਂ ਹੀ, ਅੱਜ ਤੱਕ ਕਿਸੇ ਨੇ ਮੇਰੇ ਪਰਿਵਾਰ ਬਾਰੇ ਨਹੀਂ ਪੁੱਛਿਆ। ਜਿਸ ਕੰਮ 'ਚ ਮੈਂ ਹਾਂ ਉਹਦੇ 'ਚ ਤਾਂ ਲੋਕਾਂ ਨੂੰ ਸਿਰਫ ਸਾਡੇ ਸਰੀਰ ਹੀ ਦਿਖਾਈ ਦਿੰਦੇ ਨੇ। ਫਿਰ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ ਤੁਸੀਂ? ਜੇ ਛੱਡਣ ਦੇ ਕਾਬਿਲ ਹੁੰਦੀ ਤਾਂ ਇਸ ਕੰਮ 'ਚ ਆਉਂਦੀ ਹੀ ਕਿਉਂ? ਕੀ ਮਤਲਬ? ਮਤਲਬ ਆ ਕਿ ਮੇਰੇ ਪਿਓ ਦੀ ਸ਼ਰਾਬ ਮੇਰੀ ਮਾਂ ਨੂੰ ਖਾ ਗਈ ਅਤੇ ਮੇਰੇ ਦੋ ਛੋਟੇ ਭਰਾਵਾਂ ਦੀ ਜ਼ਿੰਮੇਦਾਰੀ ਮੇਰੇ ਸਿਰ ਆ ਗਈ। ਵਕਤ ਨੇ ਕਦੇ ਘਰ ਦੀਆਂ ਖੁਸ਼ੀਆਂ 'ਚ ਖੁਸ਼ ਹੋ ਕੇ ਨੱਚਣ ਦਾ ਮੌਕਾ ਨਹੀਂ ਦਿੱਤਾ, ਪਰ ਲੋਕਾਂ ਦੀਆਂ ਖੁਸ਼ੀਆਂ 'ਚ ਮਜਬੂਰੀ ਨੇ ਮੈਨੂੰ ਬਹੁਤ ਨਚਾਇਆ। ਅੱਜ ਤੱਕ ਇਸ ਕੰਮ ਨੇ ਮੈਨੂੰ ਸਿਰਫ ਤਕਲੀਫ ਹੀ ਦਿੱਤੀ ਆ, ਪਰ ਅੱਜ ਲੱਗਦਾ ਹੈ ਇੱਕ ਖੁਸ਼ੀ ਵੀ ਮਿਲ ਗਈ। ਇੱਦਾਂ ਮਨ ਹੀ ਮਨ ਵਿੱਚ ਲੱਡੂ ਨਾ ਭੌਰਦੀ ਰਹਿ। ਕਮਲੀਏ, ਜੇ ਤੈਨੂੰ ਪਤਾ ਹੈ ਤੇਰੇ ਨਾਲ ਗੱਲ ਗੁੱਲ ਕਰਨੀ ਸ਼ੁਰੂ ਹੋ ਗਿਆ ਤਾਂ ਮੌਕਾ ਸੰਭਾਲ ਲੈ, ਨਹੀਂ ਤਾਂ ਫਿਰ ਪਛਤਾ ਆਏਗੀ। ਡਰਾਉਂਦੀ ਬਥੇਰਾ ਰਹਿੰਦੀ ਹਰ ਵੇਲੇ, ਇਹੀ ਦੱਸ ਮਰ ਲੈ ਕਰਨਾ ਕੀ ਹੈ। ਲੈ ਦੱਸ ਕਰਨਾ ਕੀ ਹੈ, ਤੈਨੂੰ ਨਹੀਂ ਪਤਾ ਸੋਹਣੇ ਮੁੰਡਿਆਂ 'ਚ ਤਾਂ ਆਕੜ ਹੀ ਬਥੇਰੀ ਹੁੰਦੀ ਹੈ ਅਤੇ ਤੇਰੇ ਵਾਲੇ ਨੂੰ ਸਾਰੇ ਸ਼ਹਿਰ ਦੀਆਂ ਪੂਤਰੀਆਂ ਨੇ ਫੂਕ ਛਕਾਈ ਹੋਈ ਹੈ। ਉਹਨੇ ਨਹੀਂ ਕਰਨਾ ਪ੍ਰਪੋਜ਼, ਤੈਨੂੰ ਹੀ ਕਰਨਾ ਪੈਣਾ। ਨਹੀਂ ਅੜੀਏ, ਕੀ ਕਰਾਂ, ਉਹਦੇ ਸਾਹਮਣੇ ਆਉਂਦੇ ਹੀ ਮੈਨੂੰ ਕੁਛ ਹੋ ਜਾਂਦਾ ਹੈ। ਕੋਈ ਨਾ, ਉਹਨੂੰ ਕਿਸੇ ਹੋਰ ਨਾਲ ਕੁਝ ਹੋ ਗਿਆ ਨਾ ਤਾਂ ਫਿਰ ਮੇਰੇ ਕੋਲ ਨਾ ਕੇ ਰੋਈ। ਅਤੇ ਵੈਸੇ ਵੀ ਤੈਨੂੰ ਪਤਾ ਤਾਂ ਹੈ ਕੱਲ੍ਹ ਤੋਂ ਕਾਲਜ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਹੋ ਰਹੀਆਂ ਨੇ ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਕਾਰਡ ਦੇਣੇ ਹੈ, ਤੂੰ ਵੀ ਮਾਰ ਲੈ ਮੋਰਚਾ। ਜੇ ਤੇ ਤੋਂ ਕੁਛ ਨਹੀਂ ਹੁੰਦਾ ਤਾਂ ਮੈਨੂੰ ਦੱਸ ਦੇ, ਸੋਹਣਾ ਤਾਂ ਮੈਨੂੰ ਵੀ ਬੜਾ ਲੱਗਦਾ ਹੈ। ਕਮਲੀ ਜੀ ਨਾ ਹੋਵੇ ਤਾਂ ਹੁਣ ਤੂੰ ਵੇਖੀ ਜਾ ਵੱਡੇ ਪਲੇਅਰ ਦੇ ਦਿਲ 'ਚ ਗੋਲ ਕਿਵੇਂ ਮਾਰਦੀ ਆ ਮੈਂ। ਆ ਦੇਖੋ ਮੈਨੂੰ ਕੀ ਲੱਭਾ, ਗੋਪੀ ਦੇ ਛੋਟੇ ਹੁੰਦੇ ਦੀ ਫੋਟੋ ਦੇਖੋ, ਕਿੰਨਾ ਸੋਹਣਾ ਲੱਗਦਾ ਨਾ ਗੁੱਲੂ ਮੁੱਲੂ 'ਚ। ਸਰਦਾਰਨੀ, ਸੋਹਣਾ ਤਾਂ ਹੁਣ ਹੋਰ ਵੀ ਲੱਗਦਾ ਗੱਭਰੂ ਹੋ ਕੇ। ਹਾਂ, ਤੇ ਅੱਗੇ ਨਾਲੋਂ ਟੌਰ ਸ਼ਕੀਨੀ ਵੀ ਕੁਛ ਜ਼ਿਆਦਾ ਲਾਉਣ ਲੱਗ ਪਿਆ ਹੈ। ਇਹੋ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਚਾਹੁੰਦਾ, ਉਹਦਾ ਪਤਾ ਕਰ ਕਿਹਦੇ ਚੱਕਰਾਂ 'ਚ ਹੈ। ਚਲੋ ਛੱਡੋ, ਮੇਰੀ ਇੱਕ ਹੈਲਪ ਕਰ ਸਕਦੇ ਹੋ? ਜੀ ਦੱਸੋ। ਜੇ ਕਿਸੇ ਕੁੜੀ ਨੂੰ ਪਹਿਲੀ ਵਾਰੀ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਤਾਂ ਉਸ ਮੌਕੇ ਗਿਫਟ ਕਿਹੜਾ ਦੇਣਾ ਚਾਹੀਦਾ? ਸਰ, ਕੁੜੀਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ ਜਿਊਲਰੀ, ਤੇ ਹੁਣ ਜਿਊਲਰੀ ਮਿਲੂ ਜਿਊਲਰੀ ਸ਼ਾਪ ਤੋਂ। ਤੇ ਜਿਊਲਰੀ ਵਿੱਚ ਕਿਹੜੀ ਚੀਜ਼ ਦੇਣੀ ਚਾਹੀਦੀ ਹੈ? ਜਿਊਲਰੀ ਵਿੱਚ ਸਰ ਇੱਕ ਵਧੀਆ ਜੀ ਰਿੰਗ ਲੈ ਕੇ ਦੇ ਦਿਓ। ਰਿੰਗ ਤੇ ਇਹੋ ਜਿਹੀ ਦਊ ਕਿ ਛੱਡ ਗੱਲਾਂ ਦਿਓ। ਚਲੋ ਹੈਲੋ, ਥੈਂਕ ਯੂ ਸਰ। ਤੇ ਇੱਕ ਗੱਲ ਹੋਰ, ਥੈਂਕ ਯੂ ਜੀ।
गोपी। गुरलीन तू? हाँ मैं तो सोचा तू कि मैंनु सारे कॉलेज च लभदा होना, मैं ही तेनु लभ लिया। मैं कितनु लभांगा? आहा जान जान के सताउंदा, बड़ा ही शौक है ना तेनु, कहंदा क्यों नहीं जो दिल च है। कही की जानी है गुरलीन, मेरे दिल च तेरे लिए की होना? ते फिर वो कार्ड ते गिफ्ट के दिले खरीद रहा सी भला? काजल ले। काजल कौन? जिन्हों मैं प्यार करदा। गोपी मेरे ना लेता तो मजाक ना कर। सच बोल रहा मैं। ते भी गल सच है गोपी, कि मैं तेनु बहुत प्यार कर दी हूँ, ते आखिरी साह तक कर दी रहूंगी। गुरलीन इनु क्या होया? की गल हुई गोपी? देख यार, वैसे सानू कोई हक नहीं तेनू पूछन दा, पर एक दोस्त होने दे नाते एक गल कहना चाहना कि समझ के भी ना समझ ना बन, किते ये ना होवे कि लंगे वेले दियां यादां तो सिवा तेरे कोल कख ना होवे। गोपी सरप्राइज। डोंट ओपन योर आईज। अखा खोलो। चुम ले तू है।
गुड मॉर्निंग। गुड मॉर्निंग। आज तो इंज लगता जिवें जन्नत सुत्ता हुआ। मेरी तो नैना च नींद ही नहीं पई, मैं तो सोचती रही। सोचना की है, आप दोनों तो बने एक दूजे लिए। गोपी प्लीज मैनू छड़ के ना जाई। गोपी ने सिर्फ अगे वधना ही सीख्या, पिछे मुड़ना नहीं। कद नहीं छड़ के जाऊंगा तेनू। गोपी का पता चलिया कुछ? गोपी का तो पता नहीं लग्या, पर गोपी बारे बहुत कुछ पता लग गया। बिचारतां जी क्यों पाई जाने हो? मेरा जी पहले ही बहुत घबराई जाता, साफ साफ दसो गल की है। मैं तेनू आख्या सी ना इहदा पता रखी। तेरा लाड़ला अजकल प्रैक्टिस ते भी नहीं जांदा, ते कॉलेज दा मुंह भी घट ही वेखदा। ना ऐ किवें हो सकदा, फिर हो जांदा किथे आ? एहो ही तां पुछना अज। तुसीं एवें गरम ना होयो, मैं आपे पुछ लूंगी। गल तो हुण मैनू ही करनी पैणी है जी। तो सारी रात दा मुंडा घर नहीं वड़िया, जे फोन करते हैं तां बंद करी बैठा। हुण आ गया, थोड़ा शांत रहो। हां भाई, सत श्री अकाल। गोपी गल सुन। हाँ जी भाई जी। बैठ इत्थे, तेरे नाल कोई गल करनी है। भाई जी गल तो मैं भी करनी सी थोड़े नाल एक। अच्छा पहले तू कर ला, मैं फिर कर लांगा। भाई जी मैं विआह करवाना। विआह करवाउण दी हाले तेरी उम्र नहीं हुई गोपी। इन्ना न्याणा भी नहीं रहा हुण मैं भाई। फिर कुड़ी भी वेख ली होनी है। कुड़ी तां भाई जी तुसीं भी देखी है। गोपी एहो जी केड़ी कुड़ी है जड़ी असीं देखी होवे ते सानूं लग्गे होवे कि तेरे लायक आ? पबी ओह जड़ी हुशियारपुर विआह ते स्टेज ते नचदी सी। बस इस तों अगे कुछ ना बोली। क्यों भाई जी? ओह इस लई सरदार जगबीर सिंह गिल अपने छोटे भरा दा रिश्ता किसी नचण वाली दे नाल नहीं कर सकता। भाई जी जे ओह इन्नियां ही माड़ियां ने ते फिर आपां उहनां नूं अपनी खुशियां च क्यों शामिल करदे आ? तेरी उम्र च रंग रूप दी परख हुंदी है गोपी, ते साडी उम्र च किरदारां दी। भाई जी गल परख दी नहीं, गल समझ दी है। हर कोई साढ़े वांगू सौखा नहीं हुंदा, ते मजबूरी च काम करन वालियां दी भी कोई कमी नहीं। बड़ा स्याणा हो गया गोपी, वड्डे भरा नूं दलीलां देण लग पे। मैं समझा नहीं रहा भाई। बस जो तू कह रहा है वह हरगिज नहीं हो सकता, इस नूं पत्थर ते लकीर समझ लै। चंगा भाई जी, जे ओह नहीं इस घर आ सकदी तां मैं तां जा ही सकदा ना। प्यार नाल गल करनी सी उहदे नाल, जे सच्चे घर छड़ के चला गया तां। इहनू वेख ही लैण दे बाहरली दुनिया। गोपी जा रहा है, रोक लो नू। गोपी नहीं पुत, नहीं गुस्सा नहीं करते होंगे वायदा। गोपी गोपी नहीं जाएगा तू। रहन दे भाभी। गोपी नहीं भाभी, गलत सुन मेरी। भाभी रहन दे। गोपी 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 रुक जा। ओए रब्बा। हाँ देख लो चला गया हो। एदी उम्र च आपां नहीं घरों रुस के जांदे हुंदे सी, भूआ दे घर, ते दो दिन बाद आ भी जांदे हुंदे सी। पर तुहानूं पता है ना किन्ना जिद्दी आ उह। एदी जिद करके आपां एदी जिंदगी नहीं बर्बाद कर सकदे। आपे आजूगा जदों गुस्सा ठंडा होया। हां जी दसो की होया, खरे दिल नहीं लग्या? हले सवेरे ही तो गए सी। मैं हमेशा लिए आ गया काजल, हुण आपां दोवें इकट्ठे रहांगे। हमेशा वास्ते की बोली जाने हो? मैं घर छड़ के आ गया। पर क्यों? तेरे करके। मेरे करके? मैं बाई नाल गल कीती सी आपां दोनों बारे, सोचा सीगा कि बाई समझ जूगा,
पर नहीं, वह भी तेनों होरां लोकां वांगर एक डांसर के रूप में ही देखता है। कहन लगा कि उदा भावें मेरे को चंद मंग ली पर तेरी आह जिद नहीं पूरी कर सकता। पर उन्होंने भी गोपी की जिद का नहीं पता। मैं भी कह के आ गया जे विआह करावांगा काजल नाल, नहीं तो नहीं। गोपी ए नहीं हो सकता। की नहीं हो सकता? बाई तेरा सही कहता है। की क्या? गोपी वेख, वेख न्याणा ना बन, जाकर वापस मुड़ जा प्लीज। वापस जाने नहीं आया मैं, विआह कराना तेरे नाल। विआह? पागला वालियां गला ना कर, तेनों तो आ भी नहीं पता दुनिया च जिया किवें जांदा है। ते व्याह करके मैनू रखेगा कितने? हाँ, खुआएगा की? आपा कमावांगे काजल। हाँ, आपा जा सिर्फ मैं? तेनू मेरे ते यकीन नहीं है? है नहीं यकीन मैनू तेरे ते। गोपी वेख, मेरी गल मन, घरे वापस मुड़ जा। जे यकीन ही नहीं सीगा मेरे ते, ते प्यार क्यों किया मैनू? प्यार? केड़ा प्यार? जे दो चार दिन की मौज मस्ती नू तू प्यार समझ बैठा है तेदे च तेरी गलती आ, मेरी नहीं। ते वो सब कुछ की सी? एक्टिंग, आर्टिस्ट है ना, जदों स्टेज ते परफॉर्म कर दिया तां लोकी पैसे उड़ाउंदे ने। की हो गया जे रियल लाइफ च भी थोड़ी जी एक्टिंग कर ली तां? तू भी तां मैनू बहुत कुछ दिता, उससे बदले मैं तेनु थोड़ा जिहा प्यार देता, पर मैनु की पता सी तू तो पीछे पै जाएगा। काजल! चंगा किता जेड़ी आ गलती नहीं किती, नहीं तो बहुत बुरा होना सी। गोपी देखी तक के ना खाई, नाले अपना ख्याल रखी। अजय भी कह दे वो सब कुछ झूठ सी, बेवफा लगती नहीं तू। तमाशा ना कर, मेरे काम ते फर्क पैंदा है। स्टूपिड, वो छोटे रुकी जरा। छोटे, तैनू पता है ये पब्लिक प्लेस है, इत्थे शराब पीना जुर्म है, जुर्म। जिथे असी खड़ जाइए ना वो प्लेस साड़ी हो जांदी है। अच्छा, तुहानू पता ये तुहाडे प्यो दादे दी जगीर नहीं कि जिथे जी कीता शराब पी ली। गेट आउट। Sorry, I say get out. Sorry. साले जम दे बदमाश बनी फिरते, पता नहीं की बनू इस मरीज दा। चल बई। एक मिनट गड्डी पीछे ले, इनू भी देख ले। हाँ भी छोटे, केड़ी मारते हैं, लगदा उतरना ही पैना। लगदा ते चंगे करदा है। की गल, करो रुस क्या है? बस इदा ही समझ लो। तेरे लिए एक मशवरा है, जा कर मुड़ जा।
ਤੈਨੂੰ ਮੈਂ ਇੱਕੋ ਗੱਲ ਆਖਦਾ ਕਿ ਦੀਦਾਰ ਸਿੰਘ ਦਾ ਮੁੜ ਕੇ ਤੈਨੂੰ ਕਦੇ ਦੀਦਾਰ ਨਾ ਹੋਵੇ। ਜਾ ਮੇਰਾ ਪੁੱਤ, ਜਾ ਜਾ ਚੱਲ ਵੀ ਛੋਟੀ। ਯਾਰ ਪੜਥਿਆ, ਤੈਨੂੰ ਇੱਕ ਗੱਲ ਦੀ ਹੈਰਾਨੀ ਨਹੀਂ ਹੁੰਦੀ? ਕਿ ਜਿਹੜੇ ਬੰਦੇ ਨੂੰ ਫੁੱਟਬਾਲ ਤੋਂ ਬਿਨਾਂ ਕਦੀ ਭੁੱਖ ਨਹੀਂ ਸੀ ਲੱਗਦੀ, ਅੱਜ 3 ਦਿਨ ਹੋ ਗਏ ਗਰਾਊਂਡ 'ਚ ਹੀ ਨਹੀਂ ਵੜਿਆ। ਆਹੋ ਯਾਰ, ਹੁਣ ਤੇ 3 ਦਿਨ ਵੀ 3 ਸਾਲ ਲੱਗਦੇ ਆ। ਸਾਲਿਆ, ਜਿਵੇਂ ਤੂੰ ਬੋਲਦਾ 3 ਸਾਲ ਹੀ ਲੱਗਣੇ ਆ। ਯਾਰ ਕਦੀ ਤੇ ਸੀਰੀਅਸ ਹੋ ਜਾਇਆ ਕਰ। ਆਹੋ ਯਾਰ, ਸਾਡੇ ਅੱਡਾਂ ਨੂੰ ਫੀਮ ਵਾਂਗੂ ਫੁੱਟਬਾਲ ਲਾ ਕੇ ਆਹ ਪਤਾ ਨਹੀਂ ਕਿੱਧਰ ਫੁਰ ਹੋ ਗਿਆ। ਤੇ ਹੋਰ ਕੀ ਯਾਰ, ਮੈਨੂੰ ਤੇ ਫੁੱਟਬਾਲ ਪਸੰਦ ਹੀ ਨਹੀਂ ਸੀ, ਤੂੰ ਸਾਲਿਆ ਐਵੇਂ ਫੂਕ ਛਕਾਤੀ। ਬਸ ਫਿਰ ਯਾਰਾਂ ਨੇ ਯਾਰਾਂ ਪਿੱਛੇ ਦੇਤੀਆਂ ਕੁਰਬਾਨੀਆਂ। ਉਹ ਤੂੰ ਐਵੇਂ ਬਹੁਤਾ ਸੈਡ ਮੋੜ ਤੇ ਨਾ ਲੱਗਿਆ ਕਰ, ਚੰਗਾ ਨਹੀਂ ਲੱਗਦਾ। ਚੱਲ ਉਹਦੇ ਘਰੋਂ ਪਤਾ ਕਰਕੇ ਆਨੇ ਉਹਦਾ। ਆਹੋ ਯਾਰ ਚੱਲ। ਗੋਪੀ, ਗੋਪੀ ਹੌਲੀ ਬੋਲ ਲੈ, ਨਹੀਂ ਤਾਂ ਸਾਰੇ ਪਿੰਡ ਦੇ ਗੋਪੀਆਂ ਨੇ ਇਕੱਠੇ ਹੋ ਜਾਣਾ। ਤੇ ਤੂੰ ਬੋਲ ਲਾ, ਵੱਡਾ ਲੈਂਬਰ ਹੁਸੈਨਪੁਰੀ। ਗੋਪੀ, ਗੋਪੀ, ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਆਓ ਬੈਠੋ, ਬੈਠੋ ਜੀ। ਤੇ ਲੱਸੀ ਲੁੱਸੀ ਤਾਂ ਪਿਆ ਮੁੰਡਿਆਂ ਨੂੰ? ਹਾਂਜੀ। ਨਹੀਂ ਨਹੀਂ ਭਾਬੀ ਜੀ, ਅਸੀਂ ਤਾਂ ਇਹ ਪੁੱਛਣ ਆਏ ਸੀ, ਗੋਪੀ ਕਿੱਥੇ ਅੱਜ ਕੱਲ੍ਹ, ਕਾਲਜ ਨਹੀਂ ਆ ਰਿਹਾ, ਸਾਡਾ ਫੋਨ ਵੀ ਨਹੀਂ ਚੁੱਕਦਾ। ਤੁਹਾਨੂੰ ਨਹੀਂ ਪਤਾ, ਉਹਨੂੰ ਤਾਂ 3 ਦਿਨ ਹੋ ਗਏ ਘਰ ਛੱਡ ਕੇ ਗਏ ਨੂੰ। ਵੀ ਤੁਹਾਡਾ ਤਾਂ ਯਾਰ ਹੈ, ਜਾ ਕੇ ਲੱਭ ਕੇ ਲੈ ਕੇ ਆਓ ਉਹਨੂੰ। ਸਤਿ ਸ਼੍ਰੀ ਅਕਾਲ ਜੀ। ਓਏ ਉਹ ਕਿਸੇ ਨੱਚਣ ਨੱਚਣ ਵਾਲੀ ਦੇ ਚੱਕਰ 'ਚ ਗਿਆ ਘਰ ਛੱਡ ਕੇ। ਬਾਈ ਤੂੰ ਕਿੱਥੇ ਇਸ ਨਕਲੀ ਦੁਨੀਆ 'ਚ ਅਸਲੀ ਦਿਲ ਲਾ ਬੈਠਾ? ਇਹ ਤਾਂ ਉਹ ਚਿੜੀਆਂ ਨੇ ਜਿਹੜੀਆਂ ਸਿਰਫ ਚਾਂਦੀ ਦੇ ਚੋਗੇ 'ਤੇ ਚਹਿਕਦੀਆਂ ਨੇ। ਇਹਨੂੰ ਮੈਂ ਹੀ ਮਿਲਿਆ ਸੀਗਾ ਦਿਲ ਤੋੜਨ ਨੂੰ। ਤੂੰ ਤਾਂ ਭੋਲਾ ਹਾਂ ਬਾਈ, ਇਹ ਤਾਂ ਤੇਰੇ ਵਰਗੇ ਦਾ ਦਿਨ 'ਚ 100 ਵਾਰ ਦਿਲ ਜੋੜਦੀਆਂ ਅਤੇ 100 ਵਾਰ ਹੀ ਤੋੜਦੀਆਂ ਨੇ। ਇੱਕ ਹੋਰ ਗੱਲ ਦੱਸਾਂ, ਇਸ ਬਲਾ ਤੋਂ ਜਿੰਨਾ ਹੋ ਸਕੇ ਓਨਾ ਹੀ ਦੂਰ ਰਹੀਂ। ਜੋਰੇ ਬਾਈ ਦੀ ਮਸ਼ੂਕ ਹੈ ਤੇ ਜੋਰੇ ਸਾਹਮਣੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ। ਚੱਲ ਸਾਲਿਆ, ਚੱਲ ਤੈਨੂੰ ਮੈਂ ਭਰਾਉਣਾ ਟੈਂਡਰ। ਚੱਲ ਜਦੋਂ ਤੁਹਾਨੂੰ ਪਤਾ ਸੀ ਕਿ ਇਹ ਟੈਂਡਰ ਜੋਰੇ ਨੇ ਭਰਿਆ ਹੈ ਤਾਂ ਆਪਣੀ ਮੌਤ ਦੇ ਕਾਗਜ਼ਾਂ 'ਤੇ ਦਸਤਖਤ ਕਰਨਾ ਜ਼ਰੂਰੀ ਸੀ। ਗਲਤੀ ਹੋ ਗਈ ਪਾਜੀ, ਇੱਕ ਵਾਰੀ ਮਾਫ ਕਰ ਦਿਓ। ਮਾਫ ਤਾਂ ਮੈਂ ਕਰ ਦਿਆਂ, ਪਰ ਸਾਲਾ ਆ ਨਹੀਂ ਮੰਨਦਾ। ਬਾਈ ਕੀ ਕਰਨਾ ਇਹਦਾ? ਬਾਜੀ, ਬਾਜੀ, ਮੈਨੂੰ ਮਾਫ ਕਰ ਦੇ ਬਾਜੀ।
छोटे वीर ओ गोपी वेख्या किते नहीं तीन चार दिन हो गए वीरे देखिया नहीं गल करो सही है सही है चलो ठीक है तू भी मिलके देख ली पाजी आके वेखांगा पाजी जी हाँ जी पाजी गोपी वेख्या केड़ा गोपी गोपी पाजी साडा यार ओ लंबा जिया हाँ जी हाँ जी जड़ा फुटबॉल भी खेलता है हाँ जी हाँ जी पाजी खेलता परा ना हाँ जी पाजी खेलता परा चढ़दे वाले हवेली जी नादी पुरानी हाँ जी हाँ जी पाजी चढ़दे वाले हवेली अच्छा अच्छा हफ्ता को हो गया मैं भी सोचता सी मिलना उन्हों वेख्या नहीं कदी उन्हों थैंक यू पाजी थैंक यू सत श्री अकाल या फोन तो जी यार तीन घंटे हो गए उन्होंने लभद्या हूँ तो ढिड च चूहे ने भुख नाल फुटबॉल शुरू करता यार गोपी बेचारा किदा गुजारा करता हूँ सीधा कह दे यार तू कुछ खाना है पर रब का वास्ता पड़था ना मंगी वह नहीं खुआना मेथों मैं मारना तेनू पड़था तो खुशी च खाईदा आप समोसे समोसे ही खा लें इधर अगे समोसिया की दुकान है बहुत वधिया आप चलते हैं चल फिर मिर्जे की बक्की खड़ी मिर्जा भी फिर इतें ही आऊ आ बैठे ने महाराज साडा जीना आराम करके तेनू पता असी तेन लभ लभ किदा पागल होए उधरों घरे बाई जी ते भाभी किन्ने परेशान आ नाले यार सानू इन्ने दिनों तो बनाना शेक भी नहीं मिलिया ओ चल यार चलिए एवें जिद नहीं करी दी मैं नहीं जा सकता यार रब वर्गे भरा नूं किन्नियां गल्लां सुना के आया मैं हुण किहड़े मूंह नाल उहदा सामना करांगा मैं तुसीं जाओ यार ते नाले उहनूं कह दिओ कि ओह सही सी ते मैं गलत जे हो सकिया तां मैनूं माफ़ कर दिओ ओ चल यार तेरे बिना ते साडा जी वी नहीं लगदा ओ नहीं पड़थिया नहीं जाना मैं ते अगे तो मैनूं लभण ना आयो जे हो सकिया तां एक दिन मैं जरूर वापस आवांगा आ जाओ गोली लगदा कबली दा शराब पै गया मेरे यार नूं मान कम हो गया ठीक है हाय कम लेट्स गो ओए चल भी सुके पत्ते आदे विचो जीवे लंघदी हवा ख्वाब साडे आणणा दे विचों लंघदे रहे सुके पत्ते आदे विचों जीवे लंघदी हवा ख्वाब साडे आणणा दे विचों लंघदे रहे प्यार जेड़ा मंगते रहे बस मिले या ना प्यार जेड़ा मंगते रहे बस मिले या ना प्यार जेड़ा मंगते रहे
जिंदगी बनाउण दे गवाल एवें चंद्रे शरीर नू कसू ते रोग लाल सानू डंग दे रहे लग सीने नाल साडे सानू डंग दे रहे लग सीने नाल साडे सानू डंग दे रहे चुक जीना ले सी मंगियां दुआवां नाल तुरे तुरे जांदे चट बदल गे रावां हथ चुक चुक जीना ले सी मंगियां दुआवां नाल तुरे तुरे जांदे चट बदल गे अजकल ओही सानू नजरा दिखाउंदे जेड़े नैण कदे साथों संग दे रहे जेड़े नैण कदे साथों संग दे रहे ਮਿੱਠਾ ਪੱਤੀ ਤੇਜ ਲੌਂਗਲਾ ਜੀਆਂ ਪਾ ਕੇ ਕਾੜ ਕੇ ਲਿਆ ਇੱਕ ਕੱਪ ਟੁੱਟਿਆ ਲੱਗਦਾ ਮਿੱਤਰਾ ਚਾਹੀਦਾ ਕੁਛ ਚਾਹੀਦਾ ਕੁਛ ਕੀ ਮਿਲ ਜੂ ਪੈਸਿਆਂ ਦਾ ਇੰਤਜ਼ਾਮ ਕਰ ਫਿਰ ਤਾਂ ਰੱਬ ਵੀ ਮਿਲਾ ਦਾਂਗੇ
ਤਾਂ ਇਹ ਤੇਰਾ ਅਸਲੀ ਰੂਪ। ਮੈਂ ਤੈਨੂੰ ਦਿਲੋਂ ਪਿਆਰ ਕੀਤਾ ਤੇ ਤੂੰ ਸਿਰਫ ਪੈਸੇ ਲਈ। ਜੇ ਪੈਸਾ ਹੀ ਚਾਹੀਦਾ ਸੀਗਾ ਤਾਂ ਮੈਨੂੰ ਦੱਸ ਦੀ, ਮੁੱਲ ਤੇਰਾ ਵੱਧ ਚੜ੍ਹ ਕੇ ਲਾਉਂਦਾ। ਮੈਂ ਕਹਿੰਦਾ ਬਾਜੀ ਠੋਕ ਦਿੰਦੇ ਆ। ਨਹੀਂ, ਇਹ ਕਾਤਿਲ ਨਹੀਂ ਆਸ਼ਿਕ ਲੱਗਦਾ ਹੈ। ਪਹਿਲਾ ਮਸਲਾ ਤਾਂ ਪਤਾ ਲੱਗ ਜਾਏ। ਕਲੀਅਰ ਸਾਹਿਬ, ਇਹ ਇਸ਼ਕ ਬੜੀ ਕੁੱਤੀ ਸ਼ਹਿ ਹੈ। ਸਭ ਤੋਂ ਪਹਿਲਾਂ ਬੰਦੇ ਦੀ ਅਕਲ 'ਤੇ ਪਰਦਾ ਪਾਉਂਦੀ ਹੈ। ਪਰ ਤੂੰ ਕੀ ਕਰਦਾ? ਕਸੂਰ ਤੇਰੀ ਚੜ੍ਹਦੀ ਜਵਾਨੀ ਦਾ ਤੇ ਇਹਦੀ ਕਾਰਸਤਾਨੀ ਦਾ। ਵਾਣੀ ਬਗੀਏ ਕਬੂਤਰੀਏ, ਦੁਸ਼ਮਣ ਭਾਵੇਂ ਜੋਰੇ ਦੀ ਹਵਾ ਬਲ ਨਾ ਦੇਖ ਸਕੇ, ਪਰ ਤੇਰੇ ਵਰਗੀ ਕੋਈ ਕਾਰਾ ਜ਼ਰੂਰ ਕਰਾ ਦੇ। ਮਾਲਟਿਆ, ਯੈਸ, ਇਹਨੂੰ ਪਿਆਰ ਨਾਲ ਬਾਹਰ ਦਾ ਰਾਸਤਾ ਦਿਖਾ। ਓਕੇ ਬਾਈ ਜੀ। ਹਾਂ ਜੀ ਪਲੇਅਰ ਸਾਹਿਬ, ਤੁਹਾਡਾ ਕੀ ਪ੍ਰੋਗਰਾਮ ਹੈ? ਘਰ ਦੇ ਉੜੀਕਦੇ ਹੋਣਗੇ। ਮੈਂ ਨਹੀਂ ਜਾਣਾ ਘਰ। ਫਿਰ ਕਿੱਥੇ ਜਾਣਾ? ਤਾਰਿਆਂ ਦੀ ਛਾਵੇਂ ਫੁੱਟਪਾਥ 'ਤੇ ਮੌਜਾਂ ਮਾਣਨੀਆਂ ਨੇ। ਓਏ ਸੁਣ, ਚੱਲ ਕਰ ਜਾ, ਚੱਲ। ਗੋਪੀ, ਜ਼ਿੰਦਗੀ 'ਚ ਫੈਸਲਾ ਇੱਕ ਵਾਰੀ ਕਰਦਾ। ਗਰਮ ਖੂਨ, ਇੱਥੇ ਗਰਮ ਖੂਨ ਦਾ ਲਾਹਾ ਲੈਣ ਵਾਲੇ ਸ਼ਿਕਾਰੀ ਬਹੁਤ ਨੇ, ਨਾਲੇ ਸਾਡੇ ਵਾਲੇ ਰਸਤੇ ਤੇਰੇ ਵਰਗੇ ਮੁੰਡਿਆਂ ਲਈ ਨਹੀਂ ਬਣੇ। ਸ਼ੁਗਲੇ। ਹਾਂਜੀ ਬਾਈ ਜੀ। ਨਾਲ ਲੈ ਜਾ ਇਹਨੂੰ। ਕੀ ਗੱਲ ਸੁਣਿਆ ਨਹੀਂ ਜਾਂ ਗੱਲ ਨਹੀਂ ਸਮਝਿਆ? ਜਦ ਤੱਕ ਇਹਦਾ ਵਾਪਸ ਜਾਣ ਦਾ ਮਨ ਨਾ ਮੰਨੇ ਉਦੋਂ ਤੱਕ ਇੱਥੇ ਹੀ ਰਹੂਗਾ। ਨਹੀਂ ਰਹਾਂਗਾ ਮੈਂ ਇੱਥੇ। ਓਏ ਯਾਰ, ਛੋਟਾ ਵੀਰ ਗਿਆ ਹੈ, ਉਦਾਂ ਹੀ ਮਾਨ ਰੱਖ ਲੈ। ਦੇਖ ਲੈ ਮਾਲਟਿਆ, ਇਹ ਤਾਂ ਜ਼ੋਰਾ ਬਾਈ ਸੀ ਜਿਹਨੇ ਇਹ ਪੂਤਰੇ ਸਾਨ ਨੂੰ ਕਾਬੂ ਕਰ ਲਿਆ, ਤੇ ਜਾਂ ਮੈਂ ਕਰ ਸਕਦਾ ਸੀ। ਤੇ ਜੇ ਤੇਰੇ ਵਰਗਾ ਹੁੰਦਾ ਨਾ, ਕਿਉਂ ਦਾ ਗੁੰਡਾ ਕਰ ਦੇਣਾ ਸੀ ਉਹਨੇ ਤੇਰਾ। ਪਰ ਯਾਰ, ਆਪਣਾ ਜ਼ੋਰਾ ਬਾਈ ਵੀ ਨਾ ਕਮਾਲ ਹੀ ਹੈ। ਜਿਹੜਾ ਤਾਂ ਗੋਲੀ ਮਾਰਨ ਆਇਆ ਉਹਨੂੰ ਤਾਂ ਘਰੇ ਰੱਖ ਲਿਆ, ਤੇ ਜੇ ਕੋਈ ਪਿਆਰ ਕਰਨ ਆਵੇ ਉਹਦੇ ਭਾਵੇਂ ਗੋਲੀ ਮਾਰੇ ਪ੍ਰਿਸ਼ਕਿਆ। ਉਹ ਜਾਂਦਾ ਰਹੇ ਜੀ ਨੇ
दारू माल्टा बनाईया मैं गावीरे जंदर है जिन्हें दाए सूरज पामे अद्धा घंटा लेट चढ़ जे पर मेरा यार दारू तो लेट नहीं हुंदा भाई यार शुगली जेड़े अपना बदमाश लोग होंगे ना साडे लई सब तो जरूरी होंदा समय दे प्रबंध होना यानी के पंचुल होना समझ गया ये तो है एक गा पिया जिम्मे नानके आया होंदा ठार नू उठो काका जी बहुते वधिया बंदिया च नहीं रह रहा तू बैली आ सारे चाह पी चाह नहीं पींदा मैं दफा जा ना पी गल्लां मारदा वड्डा सूरमा होर सुना धर्मी साहब अज राह किवें भुल गए ओ नहीं जो रहा तू भरा है अपना थोड़े करके तो कुर्सी ते बैठे हैं नाले तू चंगी तरह जानदा एक बारी बह जाइए फिर अपने जो गरी छड़ती सीधा सीधा दसो धर्मी साहब गुंजल की है जोरे सरकार साड़ी है समझ नहीं आती कुछ कम सतों ले ले हो रहे ने ओ डिंपा जेल तो बाहर आ गया पता करके तो देख क्यों वजह जो मर्जी होवे तरमी साहब पर जोरे दे हुंदिया तुहानू बोझ लैण की कोई जरूरत नहीं ये मुंडा नवा रंग रूट है नहीं नहीं ये बंदा अपने महकमे का नहीं है ये तो प्लेयर है अच्छा अच्छा ठीक है देश नू खिडारियों की भी लोड़ है चंगा पता करें डिंपे का भाई खबर पक्की है और दस की कर दी मेरी परी कुछ खास नहीं ब्रो बस थोड़ा आजकल बिजी चल रहा है स्टडी विच बिजी होएंगी पर मैनू तो फिकर रहंदी है तेरी आफ्टर ऑल बड़ा ब्रो हां तेरा ओ ता है थैंक यू ब्रो चंगा ते ख्याल रखी अपना ओके और जब टाइम मिलता होंदा ता फोन कर लिया कर ओके ब्रो बाय लव यू मल्टिया हाँ जी भाई जितों तक मैनू पता है कि ये खेड खुले मैदान च खेलन वाली है हाँ हाँ क्या फुटबॉल लिया के दे एनू नाले एनू कह कि बाहर जाके खेड़िया करे ठीक है भाई सुगलिया हाँ जी भाई जी तुसी खेड़िया करो सारे दिन भाई सारे भाई आहो सारे नाले तू भी ठीक है भाई भाई जी खुराक का थोड़ा जा फिर ख्याल रख लियो है
ख्याल ते पूरा रखूं कंजरा। मतलब सॉरी अबे 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 ओके बे क्या ना देनूं खेलना देना। हाँ ठीक है ठीक है। चलो बढ़िया प्लेयरा। देखिए कितने। जय बाबा बड़वा सिंह। चल शुली चल। अंदर। हाँ अंदर। ओए और मार 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 देखे देखे मार देखे। यार की करते भी हो तुझे। की कर रहा है सुगली खेड़ भाई जी हुन देखो आ दे लिया लिया बड़ी बड़ी ओए कौन राता हुन ले अदर लिया लिया लगदा तू मेनू फिर गोल करा देना हां ओए होए गोल इधर आ ओए गल सुनो सारे हुन जुगत ना गल नहीं बननी गल बननी है जोर नाल मेनू वश च करदा ता तुसी गोल कर दियो ठीक है जोश नाल चलिए चलो फिर कर लेन क्यों गया ओए फुटबॉल खेलन गया तू आपे फुटबॉल बन के आ गया ओ कानू भाई साला देखन जी पोला या लगदा हट पैर लोहे दे लोई फिरदा भाई जी मेरी थां ते थोड़ा जा खेल लो नहीं भाई मिन्नत वाली गल आ देख लो सोन लगे थानू खेल लो की मल्टिया खेल लो जी भाई थोड़ा प्लीज है आजो भाई जी आजो आजो आ गया मेरा भाई आ ले हुन होगा गोल देखी फिर चलिए भाई भाई क्या बात है भाई भाई जी मार दो गोल थोड़ी बहुत ही सानू भी आउंदी है काके मैं आवा ओ तुसी रहन दे भाई जी थोड़े बस दी गल नहीं है अच्छा हां जी देख ही लिए दे नाल दो दो हाथ आ जा आ जा आ जो इधर कर ली जा चप्पल दई जा आ दे ए गोल जियोदार इनक ता सानू भी आंदा है वाह भाई अत गराती ओ घड़ा वड्डा मेरा डना जाम होया ओए जाके खेड खेड भाई जी ये तो फिर साडे ने धक्का ही है ना मतलब ओदी इन्ने सालां दी तैयारी है सानू भी टाइम दियो तैयारी दा फिर रखो दिन मैच दा ठीक है फिर बड़ा तू वर्ल्ड कप जित लेना है भाई जी तुसी देखियो शुगली करदा की है कोई नहीं रख ले पर ये देख ले तू कमिटमेंट तो कर लेना है पर पूरी तेरे तो हुंदी नहीं भाई तू सी देखो जानदा मैं तेनू भाई मैं करके दसूंगा हुन सत श्री अकाल भाभी जी सत श्री अकाल लियाओ मैनू फड़ा दो ना कोई नहीं राजी मैं चक लूंगी कोई ना फड़ा दो ना और तेरी मासी दा की हाल है ठीक है भाभी गोपी दा कुछ पता लगा देख राजे साढ़े कोले तो उड़ीकण तो बिना होर कोई चारा नहीं पर तेरे अगे तो पूरी जिंदगी पई है ना बस कर हुण दे अंदर नहीं आना नहीं फिर कदे आऊंगी गोपी तेरे लिए कुछ लियांदा है की लियांदा भाई सरप्राइज है ऊपर जाके देख ले हाँ
ਉਧਰ ਵੇਖ, ਪਹਿਲਾਂ ਤਾਂ ਬਾਈ ਨੇ ਇਹਨੂੰ ਘਰ ਰੱਖ ਲਿਆ, ਹੁਣ ਤੋਹਫੇ ਵੀ ਲੈ ਕੇ ਦੇ ਰਹੇ ਨੇ। ਯਾਰ ਇਹਨੇ ਬਾਈ ਦੇ ਸਿਰ 'ਚ ਤੂੜਿਆ ਕੀ ਹੈ ਪਤੰਦਰ ਨੇ? ਸਹੀ ਗੱਲ ਆ, ਸਾਲਾ ਇੱਥੇ ਪੂਰਾ ਮਾਲ ਨਹੀਂ ਮਿਲਦਾ। ਯਾਰ ਸ਼ੁਗਲੀ, ਡੰਬਲ ਜੇ ਵਿੱਚ ਕਿੱਪਲ ਬੋਤਲਾਂ ਕਿੰਨੀਆਂ ਕੁ ਮਿਲ ਜਾਣਗੀਆਂ? ਬੋਤਲਾਂ ਦਾ ਤਾਂ ਪਤਾ ਨਹੀਂ, 76 ਜ਼ਰੂਰ 1000 ਕੁ ਪੈਣਗੇ ਬਾਈ ਕੋਲੋਂ। ਮਤਲਬ ਰਹਿ ਨਹੀਂ ਦਈਏ ਫਿਰ? ਉੱਥੇ ਰੁਕ ਜਾ ਕਾਜਲ, ਤੇ ਅੱਗੇ ਤੋਂ ਕਦੇ ਇਸ ਕਾਰ ਪੈਰ ਪਾਈਵੀ ਨਾ। ਮੈਂ ਕੁਛ ਕਹਿਣਾ ਸੀਗਾ। ਹੁਣ ਜੋਰੇ ਨੇ ਕੁਛ ਸੁਣਨਾ ਨਹੀਂ, ਜੇ ਹੋਰ ਪੈਸੇ ਦੀ ਲੋੜ ਸੀ ਤਾਂ ਮੈਨੂੰ ਦੱਸਦੀ। ਚੰਗੇ ਪਲੇ ਘਰ ਦਾ ਮੁੰਡਾ, ਉਜਾੜਨ ਦੀ ਕੀ ਲੋੜ ਸੀ? ਮਾਨ ਜੀ ਬਾਈ, ਦਰਵਾਜ਼ਾ ਲਾ ਲਈ। ਸੁਣਿਆ ਨੀ, ਚੱਲ ਹੁਣ। ਸੁਣੋ ਜੀ ਭੈਣੋ ਤੇ ਭਰਾਵੋ, ਨਹੀਂ ਸੱਚ ਭੈਣ ਤਾਂ ਕੋਈ ਹੈ ਨੀ, ਸੋ ਕੱਲਿਓ ਭਰਾਵੋ, ਅੱਜ ਦਾ ਫੁੱਟਬਾਲ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਸਾਰੇ ਖਿਡਾਰੀ ਨਸ਼ਾ ਪੱਤਾ ਕਰਕੇ ਪੂਰੇ ਕਾਇਮ ਹੋ ਚੁੱਕੇ ਨੇ, ਤੇ ਇੱਕ ਖਿਡਾਰੀ ਜਿਹੜਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਉਹਨੂੰ ਵਿਚਾਰੇ ਨੂੰ ਡੰਡ ਬੈਠਕਾਂ ਨਾਲ ਹੀ ਕਾਇਮ ਹੋਣਾ ਪਿਆ। ਤੇ ਇੱਧਰ ਰੈਫਰੀ ਦੀ ਸੇਵਾ ਨਿਭਾ ਰਹੇ ਨੇ ਮੈਂ, ਯਾਨੀ ਕਿ ਮਾਈਸੈਲਫ ਮਾਲਟਾ, ਤੇ ਇਹਦੇ ਨਾਲ ਨਾਲ ਕਮੈਂਟਰੀ ਤੇ ਦਾਰੂ ਦੀ ਸੇਵਾ ਵੀ ਨਿਭਾ ਰਹੇ ਨੇ ਤੁਹਾਡਾ ਵੱਡਾ ਸਾਰਾ ਛੋਟਾ ਜਿਹਾ ਵੀਰ ਭੁਪਿੰਦਰ ਸਿੰਘ ਉਰਫ ਮਾਲਟਾ, ਯਾਨੀ ਕਿ ਓਏ ਕੰਜਰ, ਪਾਣੀ ਦੀ ਸੇਵਾ ਹੁੰਦੀ ਹੈ। ਓਹੋ ਭਾਜੀ, ਤੁਸੀਂ ਉਹ ਮਸ਼ਹੂਰੀ ਨੀ ਵੇਖੀ, ਪਾਣੀ ਬਚਾਓ ਪਾਣੀ ਬਚਾਓ ਸੇਪ ਵਾਟਰ, ਬਸ ਓਹੀ ਬਚਾ ਰਿਹਾ ਤੇ ਸੁੱਕੀ ਲਾ ਰਿਹਾ। ਓਏ ਸੁਣ, ਦਾਰੂ ਦੀ ਸੇਵਾ ਹਿਸਾਬ ਦੀ ਰੱਖਿਆ ਕਰ, ਤੇ ਮੁੜ ਕੇ ਸ਼ਾਮ ਤੱਕ ਸੁਗਲੀ ਦੀ ਤੈਨੂੰ ਚੱਕਣ ਦੀ ਸੇਵਾ ਲੱਗ ਜਾਂਦੀ ਹੈ। ਦਰਸ਼ਕੋ, ਮੈਚ ਦੇ ਪਹਿਲੇ 10 ਮਿੰਟਾਂ ਵਿੱਚ 15-20 ਗੋਲ ਹੋ ਚੁੱਕੇ ਨੇ। ਇੰਜ ਲੱਗਦਾ ਜਿਵੇਂ ਸਾਰੀ ਫੁੱਟਬਾਲ ਦੀ ਦੁਨੀਆ ਦੇ ਗੋਲ ਅੱਜ ਹੀ ਹੋ ਜਾਣੇ ਆ। ਹੁਣ ਸੈਂਚੁਰੀ ਬਣਵਾਣੀ ਹੈਗੀ। ਥੱਕ ਗਿਆ ਯਾਰ, ਬਹੁਤ ਬੇਇੱਜ਼ਤੀ ਕਰਾਤੀ। ਓਏ ਓਏ ਕੀ ਕਰ ਲੱਗਾ? ਮੈਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ। ਓਏ ਰੋਕ ਲੈ ਇਹਨੂੰ। ਓਏ ਨਹੀਂ 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 ਮਾਰ, ਓਏ ਕੀ ਕਰ ਲੱਗਾ? ਇੰਜ ਨਾ ਕਰ, ਤੂੰ ਮੇਰਾ ਓ ਨਾ ਰੋਕੋ ਯਾਰ ਮੈਨੂੰ, ਤੂੰ ਮੇਰਾ ਵੱਡਾ ਭਰਾ ਆ, ਇੰਜ ਨਾ ਕਰ, ਮੈਂ ਸੱਚੀ ਗੋਲ ਮਾਰਾਂਗਾ, ਮੈਂ ਸੱਚੀ ਗੋਲ ਕਰੂੰਗਾ ਇਸ ਵਾਰੀ। ਹਾਂ ਹਾਂ ਮੈਂ ਦੇਖ ਸ਼ੁਗਲੀ, ਕਰਾਉਣੀ ਤਾਂ ਤੂੰ ਬੇਇੱਜ਼ਤੀ ਹੋ। ਹਾਂ ਤੈਨੂੰ ਇੱਕ ਚਾਂਸ ਦਿੱਤਾ, ਇੱਕ ਚਾਂਸ ਦੇ ਦੇ। ਹਾਂ ਇੱਕ ਚਾਂਸ ਲੈ, ਹੁਣ ਤੂੰ ਦੇਖੀ ਜਾ ਸ਼ੁਗਲੀ ਬਣਾਉਂਦਾ ਕੀ ਹੈ। ਤੂੰ ਪਿਛਲੀ ਵਾਰ ਵੀ ਬੋਲਿਆ ਸੀ ਸ਼ੁਗਲੀ, ਓ ਮਾਰਦਾ ਹੀ ਓਏ ਸ਼ੁਗਲੀ। ਹਾਂ ਇਸ ਵਾਰੀ ਹੈੱਡ ਤੋਂ ਕੰਮ ਲੈ, ਹੈੱਡ ਤੋਂ। ਹਾਂ ਚੱਲ ਫਿਰ, ਆ ਲੈ ਪੋਜੀਸ਼ਨ ਲਿਆ। ਹਾਂ ਕਰ ਗੋਲ, ਚੱਲ ਸ਼ੁਗਲੀ ਹੈੱਡ ਮਾਰ। ਖਿਡਾਰੀਆਂ ਨੂੰ
चल 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 सत्ते। मैं लगता कि फिर गोल होने वाला है। वैसे ही जेडे बदमाश लोग होंगे ना साडा दिमाग दमूग घट ही होंगे। मेरा मतलब भाजी तुहानू नहीं लगता कि इन्हू जिम के समान नालों ज्यादा लोड़ कपड़िया की है? जिदन का आया एक कपड़े पाई फिरता वेखो। गल तू सियानी की है माल्टिया। आजा फिर आज फिर सरप्राइज देने हैं। चल रखे बत्ती बोर्दा। ओए कपड़े लेने जाना कब्जा नहीं रख दे अनु। ऐसे वजह नाल तरन पै जानी है तेरे। ए भी रख दे। वह थोड़ी मर्जी है भाजी। वह आप जो बदमाश लोग होंगे ना भाजी हथियारों तो बिना अधूरे जे लगते हैं। ठीक है रख देना मिनट तक की हाल है। आलो रख देना ये थोड़े वाला या मेरे वाला आ दोनों पे आचिकड़ा पाई नहीं लाने नहीं। ਪਾਜੀ ਵੈਸੇ ਲੱਗਦਾ ਉੱਥੇ ਮੇਰੇ ਵਾਸਤੇ ਵੀ ਇੱਕ ਕੁੜਤਾ ਲਾ ਹੀ ਲੈਂਦੇ। ਹਾਂ ਮਾਲਟਿਆ। ਹਾਂਜੀ ਗੋਪੀ ਨੇ ਖੁਸ਼ ਹੋ ਜਾਣਾ ਕੱਪੜੇ ਦੇ। शॉपिंग बढ़िया है बहुत बढ़िया है। मैं भी की है। आ देख लगता ना तेरे वर्गा बिजनेसमैन। शेर दी खल पाके कोई शेर नहीं बन जाता डिंपिया। ना 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 शेर तू है मैं नहीं। मैं ते सप है सप ओ भी उड़ना मत्थे च डंग मारदा। पिटारे च बंदरिया सप बड़ी विस घोल के आया लगता। कोई ना जोरे नू सप्पां दा जहर भी कड़ना हुंदा है। पटारे चे सप अपनी मर्जी नाल रहिंदा है ते नाले डिंपे नू जेल च रहना चंगा लगता है पर बिना वजह। ते इस बार वजह तू है तो आना। Thank you.
ਛੱਡ ਦੇ ਮੈਨੂੰ। ਉਹ ਨਹੀਂ ਉਹ ਡਿੰਪਾ ਡਿੰਪਾ ਆ ਜੋਰੇ ਬਾਈ ਉਹ ਡਿੰਪਾ ਜੱਸੀ ਹੈ ਜ਼ੋਰੇ ਬਾਈ ਦੀ ਭੈਣ, ਬਾਹਰ ਪੜ੍ਹਦੀ ਹੈ। ਜ਼ੋਰੇ ਬਾਈ ਦੇ ਟੱਪਰ 'ਚ ਹੋਰ ਤਾਂ ਕੋਈ ਨਹੀਂ, ਇਕੱਲੀ ਭੈਣ ਹੈ ਜਾਂ ਫਿਰ ਅਸੀਂ ਹਾਂ। ਡਾਕਟਰ ਸਾਹਿਬ ਚਾਂਸਿਸ ਕੀ ਨੇ? ਦੇਖੋ ਜੀ, ਇੱਦਾਂ ਦੇ ਕੇਸਿਸ ਵਿੱਚ ਚਾਂਸਿਸ ਬਹੁਤ ਘੱਟ ਹੁੰਦੇ ਨੇ, ਪਰ ਫਿਰ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰਾਂਗੇ। ਕਿਵੇਂ ਹੋਇਆ ਇਹ ਸਭ? ਬਾਈ ਕੱਲਾ ਸੀ ਤੇ ਉਹ ਨਾ ਕਿਹਾ ਕਰੋ ਬਾਈ ਬਾਈ, ਬਸ ਕਹਿੰਦੇ ਹੀ ਹੋ। ਜੇ ਬਾਈ ਜੀ ਮੰਨਦੇ ਨਾ ਤਾਂ ਅੱਜ ਮੇਰੇ ਭਰਾ ਦਾ ਇਹ ਹੱਲ ਕਰਨ ਵਾਲੇ ਆਪਣੇ ਪੈਰਾਂ ਤੇ ਖੜੇ ਨਾ ਹੁੰਦੇ। ਲਾਹਨਤ ਹੈ ਤੁਹਾਡੇ ਸਭ ਤੇ, ਤੁਹਾਨੂੰ ਸਭ ਨੂੰ ਸਾਂਭਦਾ ਮੇਰਾ ਭਰਾ ਕਿਵੇਂ ਨਕਾਰਾ ਕਰਕੇ ਸੁੱਟ ਦਿੱਤਾ। ਖਬਰਦਾਰ ਜੇ ਕਿਸੇ ਨੇ ਮੇਰੇ ਭਰਾ ਨੂੰ ਅੱਜ ਤੋਂ ਬਾਅਦ ਜੇ ਬਾਈ ਜੀ ਕਿਹਾ ਤੇ। ਮਾਲਟਿਆ ਚੱਲ। ਗੋਪੀ ਗੋਪੀ ਗੋਪੀ, ਬਾਈ ਜੀ ਨੇ ਕਿਹਾ ਸੀ ਤੈਨੂੰ ਇਹਨਾਂ ਕੰਮਾਂ 'ਚ ਨਹੀਂ ਪਾਉਣਾ। ਤੂੰ ਨਾ ਦੱਸ ਮਿਲੂਗਾ ਕਿੱਥੇ? ਡਿੰਪਾ
ਕਿਹੜੇ ਚੱਕਰਾਂ ਚ ਪੈ ਗਿਆ ਉਹ ਫੜੋ ਛੱਡਦਾ ਮੈਨੂੰ ਫੜੋ ਚਲੋ ਚਲੋ ਫੜ ਚਲੋ ਫੜ ਬਿਠਾਓ ਇਹਨੂੰ ਗੱਡੀ ਚ ਪਤਾ ਨਹੀਂ ਉਹ ਤੈਨੂੰ ਜਰਾ ਦੇਰ ਨਹੀਂ ਜੀਏਗਾ ਹੁਣ ਕਿੱਥੇ ਬਾਹਰ ਕੀਤਾ ਮੌਤ ਵੀ ਮੇਰੇ ਬੇੜੇ ਹੋਣਾ ਡਰਦੀ ਹੈ ਸੱਪ ਆਵਾ ਸੱਪ ਉਹ ਵੀ ਉੱਗਣਾ ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ ਕਿ ਦੀਦਾਰ ਸਿੰਘ ਦਾ ਦੁਬਾਰਾ ਦੀਦਾਰ ਨਹੀਂ ਕਰੇਗਾ ਤਾਂ ਚੰਗਾ ਰਹੇਗਾ ਸ਼ਾਇਦ ਤੈਨੂੰ ਸਮਝ ਨਹੀਂ ਸੀ ਆਇਆ ਜਿਨ੍ਹਾਂ ਰਸਤਿਆਂ ਦੀ ਮੈਂ ਉਸ ਦਿਨ ਗੱਲ ਕਰਦਾ ਸੀ ਤੂੰ ਉਹਨਾਂ ਰਸਤਿਆਂ 'ਤੇ ਹੀ ਤੁਰ ਪਿਆ ਇੱਕ ਮੌਕਾ ਮੈਂ ਤੈਨੂੰ ਹੋਰ ਦੇ ਸਕਦਾ ਕਿਉਂਕਿ ਇੰਸਪੈਕਟਰ ਦੀਦਾਰ ਸਿੰਘ ਸਿਰਫ ਡਿਊਟੀ ਹੀ ਨਹੀਂ ਕਰਦਾ ਬਲਕਿ ਫਰਜ਼ ਵੀ ਨਿਭਾਉਂਦਾ ਡਿਊਟੀ ਜੇ ਡਿਊਟੀ ਕਰਦੇ ਹੁੰਦੇ ਨਾ ਤਾਂ ਮੈਨੂੰ ਇਕੱਲੇ ਨੂੰ ਨਾ ਫੜ ਕੇ ਲਿਆਉਂਦੇ ਉਹ ਕਾਕਾ ਮੈਂ ਤੈਨੂੰ ਫੜ ਕੇ ਨਹੀਂ ਲਿਆਇਆ ਬਚਾ ਕੇ ਲਿਆਇਆ ਸਰ ਆਹ ਤਾਂ ਬਹੁਤ ਹੀ ਵਧੀਆ ਕੀਤਾ ਦੀਦਾਰ ਸਿੰਘ ਜੀ ਆਖਿਰ ਇਹ ਕੋਈ ਗੁੰਡਾ ਥੋੜ੍ਹਾ ਹੀ ਹੈ ਪਲੇਅਰ ਹੈ ਅਤੇ ਆਪਣੇ ਕਿਸੇ ਖਾਸ ਦਾ ਖਾਸ ਹੈ ਛੱਡ ਦਿਓ ਇਹਨੂੰ ਉਹ ਛੱਡ ਦੇ ਬਈ ਆ ਬਈ ਕਾਕਾ ਸਤਿ ਸ਼੍ਰੀ ਅਕਾਲ ਥੈਂਕ ਯੂ ਇੱਕ ਫਿਰ ਮਸ਼ਵਰਾ ਤੇਰੇ ਲਈ ਕਾਕਾ ਜਿਨ੍ਹਾਂ ਰਾਹਾਂ 'ਤੇ ਤੂੰ ਤੁਰ ਪਏ ਉੱਥੇ ਮੌਤ ਸਮੇਂ ਤੋਂ ਪਹਿਲਾਂ ਨਸੀਬ ਹੁੰਦੀ ਹੈ ਕੋਸ਼ਿਸ਼ ਕਰ ਵੀ ਵਾਪਸ ਪਰਤੇ ਹੈ ਇਹਨਾਂ ਦੀ ਡੈਂਟਿੰਗ ਪੇਂਟਿੰਗ ਤਾਂ ਹੁੰਦੀ ਰਹਿੰਦੀ ਆ ਪਰ ਤੁਹਾਡੇ ਬਿਊਟੀਫੁਲ ਫੇਸ 'ਤੇ ਕਿੰਨੇ ਡੈਂਟ ਪਾਤੇ ਨਹੀਂ 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 ਮੇਰਾ ਮਤਲਬ ਟਾਂਕੇ ਲਾ ਦੇਣਾ ਜ਼ਖਮ ਜਲਦੀ ਠੀਕ ਹੋ ਜੂ ਜਲਦੀ ਉਹ ਤਾਂ ਠੀਕ ਨਹੀਂ ਕਰਨਾ ਇਹਨੂੰ ਉਦੋਂ ਤੱਕ ਹਰਾ ਰੱਖਣਾ ਜਦ ਤੱਕ ਉਹਨੂੰ ਨਹੀਂ ਮਾਰਦਾ ਦੇਖ ਵੇ ਕਾਕਾ ਅੱਜ ਤੱਕ ਸਾਡੀ ਪਾਰਟੀ ਦੇ ਸਾਰੇ ਕੰਮ ਜ਼ੋਰਾ ਕਰਦਾ ਰਿਹਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜ਼ੋਰਾ ਹੁਣ ਕਮਜ਼ੋਰ ਹੋ ਗਿਆ ਪਰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗ ਰਿਹਾ ਕਿ ਉਹਦੀ ਘਾਟ ਤੂੰ ਪੂਰੀ ਕਰ ਸਕਦਾ ਕਰ ਸਕਦਾ ਕਿਉਂ ਕਰੇਗਾ ਅੱਜ ਤੋਂ ਬਾਅਦ ਸਾਡੀ ਪਾਰਟੀ ਵਾਸਤੇ ਤੂੰ ਕੰਮ ਕਰੇਗਾ ਆ ਲੈ ਉਹ ਫਾਈਲ ਜਿਹਦੇ 'ਚ ਸਾਡੇ ਸਾਰੇ ਕੰਮ ਲਿਖੇ ਹੋਏ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਜ਼ੋਰੇ ਦਾ ਨਾਂ ਖਰਾਬ ਨਹੀਂ ਕਰੇਗਾ ਸ਼ਾਬਾਸ਼ ਉਹ ਪ੍ਰਧਾਨ ਪਹਿਲੇ ਤੇ ਹਫ਼ਤੇ ਦੇ ਹਫ਼ਤੇ ਹਫ਼ਤਾ ਭੇਜ ਦਿੰਦਾ ਹੀ ਸੀ ਇਸ ਵਾਰੀ ਪੂਰਾ ਹੀ ਮਹੀਨਾ ਪਾ ਦਿੱਤਾ ਪੈਸੇ ਕੱਢ ਚਾਰ ਹਫ਼ਤੇ ਚਾਹੀਦੇ ਨੇ ਤੈਨੂੰ ਤੁਹਾਨੂੰ ਤਾਂ ਪਤਾ ਹੀ ਹੈ ਜ਼ੋਰੇ ਬਾਈ ਦੀ ਸਿਹਤ ਠੀਕ ਨਹੀਂ ਹੈ ਕੰਮ ਤੁਹਾਡੇ ਪਹਿਲਾਂ ਵਾਂਗ ਹੁੰਦੇ ਰਹਿਣਗੇ ਪਰ ਪਾਰਟੀ ਫੰਡ ਟਾਈਮ ਸਿਰ ਪਹੁੰਚਣਾ ਚਾਹੀਦਾ ਹੈ ਪਰ ਅਸੀਂ ਤੁਹਾਡੇ 'ਤੇ ਯਕੀਨ ਕਿਵੇਂ ਕਰੀਏ
ਗੋਪੀ ਜਿਆ ਹੱਸ ਕੇ ਵੀ ਤੇਰੇ ਦਿਨਾਂ 'ਚ ਸਿੱਕਾ ਜਮਾ ਦਾ ਪੂਰੇ ਇਲਾਕੇ 'ਚ ਧਰਮ ਨਾਲ ਕਮਾਲ ਹੀ ਕਰਤੀ। ਧਰਮੀ ਸਾਹਿਬ, ਇਹ ਗੱਲਾਂ ਤਾਂ ਤੁਸੀਂ ਫੋਨ 'ਤੇ ਵੀ ਕਰ ਸਕਦੇ ਸੀਗੇ, ਇਕੱਲੀ ਤਾਰੀਫ ਕਰਨ ਲਈ ਤਾਂ ਤੁਸੀਂ ਇੰਨੀ ਖੇਚਲ ਨਹੀਂ ਕੀਤੀ ਹੋਣੀ। ਵਿਚਲੀ ਗੱਲ ਦੱਸੋ ਕੀ ਹੈ। ਨਿਰਾਸ਼ ਹੋ ਰਹੀ ਹੈ ਤੂੰ, ਕੰਮ ਵੀ ਉਹੀ, ਗੱਲਬਾਤ ਵੀ ਉਹੀ। ਕੁਛ ਨਹੀਂ ਗੋਪੀ ਸਿਆ, ਓ ਡਿੰਪੇ ਦੇ ਬੰਦੇ ਥਾਂ ਥਾਂ 'ਤੇ ਰੌਲਾ ਪਾਉਂਦੇ ਫਿਰਦੇ ਨੇ। ਅੱਗੇ ਜ਼ੋਰਾ ਤਾਂ ਹੁਣ ਕੰਮ ਕਰਨ ਜੋਗਾ ਰਿਹਾ ਹੀ ਨਹੀਂ। ਧਰਮੀ ਸਾਹਿਬ, ਜੇ ਹੋ ਸਕੇ ਤਾਂ ਡਿੰਪੇ ਨੂੰ ਮੇਰਾ ਇੱਕ ਸੁਨੇਹਾ ਪਹੁੰਚਾ ਦਿਓ। ਉਹਨੂੰ ਕਹਿ ਦਿਓ ਕਿ ਜ਼ੋਰਾ ਬਾਈ ਕਮਜ਼ੋਰ ਨਹੀਂ ਹੋਇਆ, ਹੋਰ ਤਗੜਾ ਹੋ ਗਿਆ, ਕਿਉਂਕਿ ਉਹਦੇ ਨਾਲ ਹੁਣ ਗੋਪੀ ਵੀ ਹੈ। ਕਿੱਦਾਂ ਵੀ ਜ਼ੋਰਿਆ, ਠੀਕ ਹੈ ਸਭ? ਧਰਮੀ ਸਾਹਿਬ, ਰੱਬ ਨੇ ਚਾਹਿਆ ਤਾਂ ਸਭ ਛੇਤੀ ਠੀਕ ਹੋ ਜੂ, ਪਰ ਹਾਲੇ ਨਹੀਂ। ਚੰਗਾ, ਤੈਨੂੰ ਮਨਾ ਕੀਤਾ ਸੀ ਫਿਰ ਵੀ। ਬਾਈ ਤੂੰ ਰੈਸਟ ਕਰ, ਸਭ ਠੀਕ ਹੋ ਜੂਗਾ। ਜ਼ਿੰਦਗੀ ਤੋਂ ਇੱਕੋ ਹੀ ਗੱਲ ਸਿੱਖੀ ਹੈ ਗੋਪੀ, ਜਦੋਂ ਲੱਗਦਾ ਹੈ ਸਭ ਕੁਝ ਠੀਕ ਹੋ ਗਿਆ, ਉਦਾਂ ਹੀ ਕੁਝ ਗਲਤ ਹੋ ਜਾਂਦਾ ਹੈ। ਉਹ ਜਾਉਂਦਾ ਰਹੇ ਜੀ ਨੇ ਦਾਰੂ ਮਾਲਟਾ ਬਣਾ। ਆਇਆ ਸਿਸਟਰ ਜੀ। ਮਾਲਟਾ ਸਰ। ਹਾਜ਼ਰ ਜੀ। ਅੱਜ ਯਾਦ ਹੈ ਕਿਸੇ ਨੂੰ ਕੀ ਦਿਨ ਹੈ? ਕੀ ਹੈ? ਓ ਹੋ ਸਿਸਟਰ ਜੀ, ਸਾਡੇ ਬਦਮਾਸ਼ ਲੋਕਾਂ ਨਾਲ ਰਹਿ ਕੇ ਨਾ ਤੁਹਾਡਾ ਵੀ ਦਿਮਾਗ ਘਟਦਾ ਹੀ ਜਾਂਦਾ। ਅੱਜ ਬਾਈ ਜੀ ਦਾ ਜਨਮ ਦਿਨ ਆ, ਹੈਪੀ ਬਰਥਡੇ ਟੂ ਯੂ। ਮੈਂ ਤਾਂ ਬਾਈ ਜੀ ਨੂੰ ਵਿਸ਼ ਕਰਨ ਚੱਲਿਆ ਸੀ। ਨਹੀਂ ਨਹੀਂ, ਏਦਾਂ ਨਹੀਂ, ਆਪਾਂ ਬ੍ਰੋ ਨੂੰ ਸਰਪ੍ਰਾਈਜ਼ ਦੇਣਾ। ਕਿੱਥੋਂ ਮਿਲਦਾ ਸਰਪ੍ਰਾਈਜ਼ ਦੱਸੋ, ਹੁਣੇ ਚੱਕ ਲੈਣੇ ਆ। ਮੇਰਾ ਮਤਲਬ ਇਹ ਵੇ ਕਿ ਅੱਜ ਸ਼ਾਮ ਨੂੰ ਅਸੀਂ ਪਾਰਟੀ ਕਰਨੀ ਹੈ, ਤੇ ਇਸ ਗੱਲ ਦਾ ਬ੍ਰੋ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਪਾਰਟੀ ਲੈ, ਸਮਝ ਗਏ ਨਾ? ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਸਿਸਟਰ ਜੀ, ਬੜੇ ਦਿਨਾਂ ਤੋਂ ਨਾ ਰੱਜ ਕੇ ਨਹੀਂ ਪੀਤੀ ਸੀ, ਅੱਜ ਪੀਵਾਂਗੇ। ਚਲੋ ਤਿਆਰੀਆਂ ਖਿੱਚੀਏ ਫਿਰ ਆਪਾਂ। ਪਹਿਲਾਂ ਆਪਣਾ ਕੰਮ ਮੁਕਾ ਲਿਓ, ਇਹ ਨਾ ਹੋਵੇ ਪਾਰਟੀ ਤੋਂ ਪਹਿਲਾਂ ਹੀ ਕੰਧਾਂ 'ਚ ਵੱਜਦੇ ਫਿਰੋ। ਓਹੋ ਸਿਸਟਰ ਜੀ, ਤੁਸੀਂ ਚਿੰਤਾ ਕਾਹਨੂੰ ਕਰਦੇ ਹੋ, ਡੋਂਟ ਫੇਕ ਟੈਨਸ਼ਨ। ਤਿਆਰੀ ਕਰੀਏ। Happy birthday to you, happy birthday to you, happy birthday. Tanu yaad si? Main duniya di sari cheez bhul sakdi haan, par 26 tareek nahi. Lo ji, ek vari pata ki hunda? ਦੋ ਮੁੰਡੇ ਹੁੰਦੇ ਆ, ਇੱਕ ਮੁੰਡਾ ਦੂਜੇ ਨੂੰ ਪਤਾ ਕੀ ਕਹਿੰਦਾ? ਕਹਿੰਦਾ ਕਿੱਥੇ ਚੱਲਿਆ? ਤੇ ਦੂਜਾ ਪਤਾ ਕੀ ਕਹਿੰਦਾ? ਕੀ ਕਹਿੰਦਾ? ਕੀ ਪਤਾ ਕੀ ਕਹਿੰਦਾ? ਕਹਿੰਦਾ ਤੈਨੂੰ ਕੀ? ਓਏ ਅੱਗੇ ਕੀ ਹੋਇਆ? ਉਹ ਅੱਗੇ ਕੀ ਹੋਣਾ, ਉਹ ਅਗਲੇ ਕੰਮ ਚੱਲ ਗਏ ਹੋਣੇ ਵਿੱਚੋਂ, ਤੈਨੂੰ ਕੀ? ਹੈਲੋ, ਤੁਸੀਂ ਕਿੱਥੇ ਖੋ ਗਏ? ਚਲੋ ਕੇਕ ਕੱਟੀਏ। ਹਾਂ ਹਾਂਜੀ ਹਾਂਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਸ਼ੁਕਰੀਆ।
इन्ना टाइम हो गया कोई फोन नहीं आना, सो भी जाओ हुण। गोपी का दा क्या जहान ही सुना कर गया, काश मैं उन्हें रोक लेंदा। तुसी अपने आप नु क्यों दोष दिंदे हो? वाहेगुरु ते भरोसा रखो ते अपना ध्यान कम वल लाओ। जेड़ा खर्चन वाला सी जदों ही चला गया, हुण किहदे वास्ते करना है? मैं भी तुहानू अपने पुत्ता वांगू पालिया, वो भी सानू ऐ याद करदा होगा। तुसी एवें दिल छोटा ना करिया करो, मेरा दिल कहिंदा है कि वो एक दिन जरूर वापस आऊगा। भाई जी की दसीए, तुसी चार दिन हॉस्पिटल की गए, डिंपे ने तो आंदे ही हत्थ चुक लई। कारोबार तो तुहाडे सामने ही आ, फंड तो असी एक जगह ही दे सकते हैं। गुलशन जी, जख्मी शेर दा ते बैठे हुए जोरे दा डर एको ही जिन्ना होंदा है। जाओ तुहाडा काम हो जू। बस एक ख्याल रखियो, सानू पार्टी किते हुण बदलनी ना पै जाए। कहना नहीं सी चाहुंदा अपने मुंह, सारिआं नूं पता है कि मेरी गैर हाजरी विच तू हाजर रहा है, पर मैं तैनू एक गल दसनी चाहुंदा। मैं हर काम उस मंत्री लई जां किसी सत्ता दे दबाव च नहीं करदा, कुछ कम मैं अपनी रूह दे सुकून लई भी करदा हां। मैनू इस गल का यकीन है कि तू भी इस गल नू समझेगा। भाई समझ गया। ठीक है, सदर बाजार वाले व्यापारियों का कम देख ले। मैनू तो कहंदे भी शर्म आती है, इस जख्म देने वाला हले भी बेखौफ बाहर घूम रहा ते असी हाथ पे हाथ रखी बैठे हैं। हर काम का एक सही वक्त होता, तो लगता वो आ गया। गोपी नाश्ता करके जायो। Thank you.
सोना मैनू महबूब दिता तू रब्बा मेरे रब्बा तेरा शुक्राना साहा विच उसदे भुल जाना इश्क दा बने कोई अफसाना मौला नहीं ते मिट जा पसंद कर दिए ना? चंगा मुंडा है, गल करांगा। मंत्री साहब, कट जोड़ दिया सरकारा इदा नहीं चल दिया, कले कले चम दी ना चलाया करो, कदे साडा सलाह मशवरा भी ले लिया करो। मालको खुल के दसो, सेवा दा मौका दा दियो, कुर्बानी चाहिदी है। ओ यार मेरी सुनो, ओ इधर ले आ यार, इधर फड़ा, इधर फड़ा। ओ मेरी सुनो गल, ओ तुसी यार गलत खेडी जन्ने हो। हां ओए शुक्लिया, की बोल रहा? टेक्निक देखो, देख लो गोपी, गलती खेडी जान देने। तू जो नहीं खेडदा इन नाल आजकल, कुछ नहीं करना। फुटबॉल नो तुसी अपने पैर दा अगला ना अगला इथों मारना। अच्छा। पैर दा सीधा पासा यूज करना, घुमा के मारना, अगले दी पसलियां टुट जान, गोल होवे भावे ना होवे, ठीक है? समझ गया तू सुगली? हां अपा हफ्ता लैन गए ओथों भी जीत के आए, कब्जा लैन गए ओथों भी जीत के आए। हां पर ए फुटबॉल दा मैच क्यों नहीं जीत हो रहा? मान कुछ अरसा पहले दी गल है, जदों तू आया ए सारे होर तरह दे बंदे सी, पर हुण देख ओदा दे रहे नहीं। हुण ये पहला वर्गे तो ना होण, ये ख्याल रखना भी ता तेरी जिम्मेवारी है। जा गोपी, खेड ले कड़ी दो कड़ी इन नाल, सारे उड़ीक देने तेनू। जी भाई। ले इधर ले, ले भाई, भाई आ गया भाई, आ जा यार, सानू ते समझ नहीं आन दई, तू ही सिखा दे सानू। सलाओ जी, जिस तरीके नाल साडे शुगली ने विरोधी कैप्टन गोपी नू जफी पाई है, उस तो स्पष्ट हुंदा कि शुगली ने गोपी नू गेम च अपना उस्ताद मन लिया। ते हुण तुहानू फर्नीचर दे विच साडे बदमाश लोकां दी बहुत वधिया फुटबॉल दी गेम देखण नू मिलेगी। ताड़ियां। किवें खेडी जांदे यार तुसीं सारे? भाई जिन्ना कांदा उन्ना खेडी जांदे आ, बाकी तुसीं दस दो। पहलां वार्म अप करना जरूरी है, ठीक है? रेडी? हां जी। ओके Ready? हाँ जी। Come on. रुको। मैं नहीं हूँ ता। तेरे पीछे। चल चल। हाँ। देख देख। बहुत आ आ। ठीक है ठीक है। यार ऑन दे ऑन दे। मेरे यार छोटी यार। चल 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 चल। हाँ जी धर्मी साहब। फर्ला फर्ला फर्ला। ऑन दे आगे आगे हाथ पाओ। चलो मैं ऑन है। की देखी जाना यार। चल चल। हाँ हाँ। शुगली। ओए किधर देखी जाना? मल्टिया। ले आया भाई। गोपी
जी भाई जी। कित्थे जा रहे हैं? उधर धर्मी साहब दे नाल जाना है, कोई प्रोग्राम है। शुक्लिया। हाँ जी भाई जी। नाल जाए दे। ठीक है भाई। रहन दे, वैसे कोई चक्कर तो नहीं भाई जी। ले जा नाल। चल शुक्ली। गोपी, जदों तू मुड़ के आएगा तेरे नाल कोई जरूरी गल करनी है। ठीक है भाई। गोपी, जिंदगी वाकई एक पानी का बुलबुला है। इस पल बंदा हवा जुड़ता फिरदा, अगले पल खत्म। मंत्री साहब, तुसी कहिंदे किसी नाम वंड प्रोग्राम ते चलने, रिहर्सल तो ही सत्संग दी करी जन्ने हो। नहीं यार, अज पता नहीं क्यों साड़ियां जिंदगी दियां सच्चाइयां जिहा मूहरे आ जांदियां ने। एवें ही तां नहीं धर्मी साहब, जदों गल तुसी घुमा फिरा के करदे हो तां गल कोई गुज्जी ही हुंदी है। वैसे मंत्री साहब, असीं जागड़ी जगह रहे हां। देखो, प्रोग्राम सारा गोपी दी पसंद है ते इलाका मेरी पसंद है मालपुर। ते अपनी वापसी किन्ने वजे नाल होजूगी? ओ, वापसी तो उत्थे चार इनाम नूं जे वंडणे आ, उस तो बाद थोड़ी छुट्टी। लै, ये तो गल ही बन गई, रोटी दे टाइम आ जाएंगे वापस। ਭਾਗਾਂ ਭਰੀ ਧਰਤੀ ਫੋਟੋਆਂ ਨੂੰ ਜਿਸ ਸ਼ਿਦਤ ਨਾਲ ਸਥਾਪਿਤ ਕਰਦੀ ਹੈ, ਉਹ ਦਰਸ਼ਕਾਂ ਦਾ ਠਾਠਾ ਮਾਰਦਾ ਦਰਿਆ ਜਿਹੜਾ ਇਸ ਗੱਲ ਦੀ ਗਵਾਹੀ ਭਰਦਾ। ਮੈਂ ਗੁਰਮਿੰਦਰ ਕੈਂਡੋਵਾਲ ਅੱਜ ਦੇ ਇਸ ਫਾਈਨਲ ਮੈਚ 'ਤੇ ਸਾਰਿਆਂ ਦਾ ਸਵਾਗਤ ਕਰਦਾ। ਮੈਨੂੰ ਲੱਗਦਾ ਕਿ ਅੱਜ ਦੇ ਮੁੱਖ ਮਹਿਮਾਨ ਮੰਤਰੀ ਸਾਹਿਬ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆ ਚੁੱਕੇ ਨੇ। ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਕਿ ਮੰਤਰੀ ਜੀ ਨੂੰ ਸਪੋਰਟ ਕਰਕੇ ਮੰਚ 'ਤੇ ਲਿਆਂਦਾ ਜਾਵੇ। ਅੱਜ ਦੇ ਮੁੱਖ ਮਹਿਮਾਨ ਦਰਸ਼ਕ ਦੇਵ ਸਿੰਘ ਜੀ, ਧਰਮੀ ਮਾਮਲੇ, ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸਾਡੇ ਦਰਮਿਆਨ ਪਹੁੰਚੇ ਨੇ। ਜੀ ਆਇਆਂ ਨੂੰ ਸਭ ਵੱਲੋਂ ਰਾਜਵੀਰ ਸਿੰਘ ਜੀ ਗਿੱਲ ਸਾਹਿਬ ਹਰ ਸਕੇ ਮੰਤਰੀ ਦਾ ਸਵਾਗਤ ਕਰਦੇ ਨੇ। ਉਹਨਾਂ ਦੇ ਨਾਲ ਪਰਮਜੀਤ ਸਿੰਘ, ਰਿਸ਼ਪਾਲ ਸਿੰਘ ਜੀ, ਸਾਰੀ ਕਮੇਟੀ ਜੀ ਆਇਆਂ ਨੂੰ ਕਹਿ ਰਹੀ ਹੈ ਜੀ। ਸਾਡੇ ਮੰਤਰੀ ਸਾਹਿਬ ਦੋਨਾਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ, ਸਾਰੀਆਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਉਹ ਬੜੀ ਸ਼ਿੱਦਤ, ਬੜੀ ਮੁਹੱਬਤ ਦੇ ਨਾਲ ਮੰਤਰੀ ਜੀ ਨੂੰ ਜੀ ਆਇਆਂ ਨੂੰ ਕਹਿ ਰਹੇ ਨੇ। ਦਰਸ਼ਕਾਂ ਦੀਆਂ ਤਾੜੀਆਂ ਅਤੇ ਉਹਨਾਂ ਦੀਆਂ ਭਰਮੀ ਹਾਜ਼ਰੀ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਫੁੱਟਬਾਲ ਨੂੰ ਕਿੰਨੀ ਮੁਹੱਬਤ ਕਰਦੇ ਨੇ। ਅੱਜ ਤੱਕ ਸਾਰੇ ਮੈਚਾਂ 'ਚ ਦਰਸ਼ਕਾਂ ਨੇ ਸਾਡਾ ਪੂਰਾ ਸਾਥ ਦਿੱਤਾ, ਇਸ ਗੱਲ ਲਈ ਅਸੀਂ ਸਾਰੇ ਦਰਸ਼ਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਸੋ ਅੱਜ ਦਾ ਜਿਹੜਾ ਟੂਰਨਾਮੈਂਟ ਹੈ ਉਸਦਾ ਫਾਈਨਲ ਮੁਕਾਬਲਾ, ਸੋ ਕਲੱਬ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਹੈ। ਸਰਦਾਰ ਸੁਖਦੇਵ ਸਿੰਘ ਜੀ, ਧਰਮੀ ਮੰਤਰੀ, ਖੇਡਾਂ ਅਤੇ ਯੁਵਕ ਮਾਮਲੇ। ਸੋ ਇਸ ਟੂਰਨਾਮੈਂਟ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਨੇ। ਕਾਲਜਾਂ ਤੋਂ ਖੇਡਦੇ ਹੋਏ ਸਪੋਰਟਸਮੈਨ ਕਿੱਦਾਂ ਕਲੱਬਾਂ ਦੇ ਵਿੱਚ ਐਂਟਰ ਹੋਏ ਨੇ ਅਤੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਹ ਟੂਰਨਾਮੈਂਟ ਨੂੰ ਦੇਖਦੇ ਨੇ, ਬਾਜਦੇ ਨੇ ਅਤੇ ਸਿਲੈਕਟਡ ਪਲੇਅਰਾਂ ਨੂੰ ਚੱਕ ਕੇ ਆਪਣੀ ਟੀਮ ਵਿੱਚ ਐਂਟਰ ਕਰਦੇ ਨੇ। ਅੱਜ ਅਸੀਂ ਦੇਖਣਾ ਕਿ ਇਹ ਪਲੇਅਰ ਕਲੱਬਾਂ ਵਿੱਚ ਜਾ ਕੇ ਕੀ ਰੰਗ ਦਿਖਾਉਂਦੇ ਨੇ। ਇਲਾਕੇ ਦੇ ਸਭ ਤੋਂ ਵੱਡੇ ਪ੍ਰਿੰਸੀਪਲ ਹਰਭਜਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਵਿੱਚ ਪਹੁੰਚੇ ਸਨ। ਦਰਸ਼ਕਾਂ ਦਾ ਹਾਰਦਿਕ ਸਵਾਗਤ। 1962 ਤੋਂ ਸ਼ੁਰੂ ਹੋਇਆ ਇਹ ਫੁੱਟਬਾਲ ਟੂਰਨਾਮੈਂਟ ਬਹੁਤ ਸਾਰੇ ਮਹਾਨ ਖਿਡਾਰੀਆਂ ਨੂੰ ਜਨਮ ਦੇ ਚੁੱਕਾ। ਉਦਾਹਰਣ ਦੇ ਤੌਰ 'ਤੇ ਇੱਕ ਮੈਚ ਵਿੱਚ 18 ਗੋਲ ਕਰਨ ਦਾ ਰਿਕਾਰਡ ਬਣਾਉਣ ਵਾਲੇ ਸ਼੍ਰੀ ਰਾਮਕ੍ਰਿਸ਼ਨ ਬਿਰਲਾ ਜੀ, ਗੁਰਦੇਵ ਸਿੰਘ ਗਿੱਲ ਅਤੇ ਹੋਰ ਵੀ ਬਹੁਤ ਸਾਰੇ ਪਲੇਅਰ ਜਿਹੜੇ ਅੱਜ ਦੇ ਇਸ ਮੈਚ ਵਿੱਚ ਹਾਜ਼ਰ ਨੇ। ਸੋ ਅੱਜ ਇਸ ਟੂਰਨਾਮੈਂਟ ਦਾ ਜਿਹੜਾ ਫਾਈਨਲ ਮੁਕਾਬਲਾ ਖੇਡਿਆ ਜਾਣਾ, ਦੋਨੇ ਟੀਮਾਂ ਦੇ ਨਾਲ ਮੈਂ ਤੁਹਾਡੀ ਜਾਣ ਪਹਿਚਾਣ ਕਰਾ ਦਿਆਂ। ਇੱਕ ਪਾਸੇ ਆ ਜੀ ਫਰੈਂਡਸ ਕਲੱਬ ਚੰਡੀਗੜ੍ਹ ਦੀ ਟੀਮ ਅਤੇ ਦੂਜੇ ਪਾਸੇ ਆ UPFC ਮਾਹਲਪੁਰ ਦਾ ਕਲੱਬ, ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਪਰ ਪਿਛਲੇ 2 ਸਾਲਾਂ ਤੋਂ ਇਸ ਟੂਰਨਾਮੈਂਟ ਦੀ ਜੇਤੂ ਹੋ ਕੇ ਨਿਕਲਣ ਵਾਲੀ ਟੀਮ ਫਰੈਂਡਸ ਕਲੱਬ ਪੂਰੀ ਤਿਆਰੀ ਨਾਲ ਆਈ ਹੋਈ ਹੈ ਅਤੇ ਇਹ ਜਿਹੜੇ ਟੂਰਨਾਮੈਂਟ ਨੂੰ ਪਿਛਲੇ ਕੁਝ ਸਾਲ ਪਹਿਲਾਂ ਟੀਮ ਜਿੱਤਦੀ ਸੀ UPFC, ਉਹਨਾਂ ਨੂੰ ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਘਾਟ ਮਹਿਸੂਸ ਹੋ ਰਹੀ ਹੈ ਆਪਣੇ ਸਟਾਰ ਪਲੇਅਰ
गोपी दी जिस नूं असीं सारे इलाके वाले बड़ी शिद्दत नाल उड़ीक रहे हैं जो हीरा साढ़े तो गुआचया होया। सो मैच शुरू होने लगा जी, दोनों टीमों की बड़ी जबरदस्त तरीके नाल तैयारी है। मालपुर टीम के कोच मजिंदर सिंह जी जिहड़े पूरियां हदायतां दे नाल टीम नूं ग्राउंड च लैके आए हैं, तो बड़ा जबरदस्त मुकाबला अज्ज दे मैच में देखने को मिलेगा। तो रैफरी की विसल दे नाल ये मैच हो गया जी शुरू। लाल रंग की जर्सी के UPFC क्लब मालपुर की टीम से येलो रंग की वर्दी में चंडीगढ़ का क्लब। ਮੈਨੂੰ ਲੱਗਦਾ ਕਿ ਜਿਹੜੇ ਚੰਡੀਗੜ੍ਹ ਵਾਲੇ ਨੇ ਉਹ ਥੋੜ੍ਹਾ ਰਫ ਖੇਡ ਰਹੇ ਨੇ। ਰੈਫਰੀ ਸਾਹਿਬ ਨੇ ਸਖਤ ਹਦਾਇਤਾਂ ਕੀਤੀਆਂ ਨੇ ਕਿ ਗੇਮ ਨੂੰ ਗੇਮ ਦੀ ਭਾਵਨਾ ਨਾਲ ਹੀ ਖੇਡਿਆ ਜਾਵੇ। ਇਸੇ ਦੌਰਾਨ ਚੰਡੀਗੜ੍ਹ ਦੇ ਕਪਤਾਨ ਨੂੰ ਜਿਹੜਾ ਜੈਲੋ ਕਾਰਡ ਹੋ ਗਿਆ, ਵਾਰਨਿੰਗ ਕਾਰਡ 'ਤੇ ਖਿਡਾਰੀ ਦੇ ਜ਼ਿਆਦਾ ਸੱਟ ਲੱਗੀ ਹੈ ਅਤੇ ਉਹਨੂੰ ਗਰਾਊਂਡ ਤੋਂ ਬਾਹਰ ਲੈ ਕੇ ਜਾਇਆ ਜਾ ਰਿਹਾ। ਵਿਕਰਮ ਜਿਹੜਾ ਬਹੁਤ ਵਧੀਆ ਖਿਡਾਰੀ ਹੈ ਫ੍ਰੈਂਚ ਕਲੱਬ ਦਾ, ਬੜੇ ਤਰੀਕੇ ਦੇ ਨਾਲ ਬਾਲ ਉਹਦੇ ਕੰਟਰੋਲ 'ਚ ਹੈ ਅਤੇ ਦੇਖੀਏ ਕੀ ਕ੍ਰਿਸ਼ਮਾ ਕਰਦਾ। ਅਤੇ ਉਹਨੇ ਬੜੇ ਤਕਨੀਕ ਦੇ ਨਾਲ ਮਾਰੀ ਕਿੱਕ ਪਿਆ ਹੋ ਗਿਆ ਜੀ ਗੋਲ। ਮਾਲਪੁਰ ਦੀ ਟੀਮ ਦੇ ਸਿਰ ਇੱਕ ਗੋਲ ਹੋ ਗਿਆ ਜੀ, ਹੁਣ ਤੱਕ ਦਾ ਰਿਜ਼ਲਟ ਹੈ UPFC 0 ਅਤੇ ਫ੍ਰੈਂਚ ਕਲੱਬ ਚੰਡੀਗੜ੍ਹ 1 ਗੋਲ 'ਤੇ ਅੱਗੇ ਹੋ ਗਿਆ ਜੀ ਹੁਣ ਤੱਕ ਦਾ ਜਿਹੜਾ ਸਮਾਂ। ਓਏ ਗੋਲੀ ਕੀ ਹੋ ਗਿਆ ਤੈਨੂੰ? ਚਲੋ ਕੋਈ ਨਹੀਂ, ਪਾਸਿੰਗ ਗੇਮ, ਸ਼ਾਬਾਸ਼ ਸ਼ਾਬਾਸ਼, ਚੱਲ ਗੋਲੀ ਆਉਣ ਦੇ ਮੇਰੇ ਤੇ, ਚੱਲ ਚੱਲ ਚੱਲ, ਅਜੇ ਅੱਗੇ ਹੋ, ਅਜੇ ਅਜੇ, ਚੱਲ ਚੱਲ। ਲੱਗਦਾ ਹੈ ਕਿ ਇਹ ਜਿਹੜੀ ਟੀਮ ਹੈ ਗੋਪੀ ਦੇ ਬਿਨਾਂ ਹਾਲੇ ਹੁੰਦੀ ਹੈ ਅਤੇ ਬੜੀ ਜ਼ਬਰਦਸਤ ਸੱਟ ਮਾਰੀ ਹੈ ਜੀ, ਪਰਦੇ ਦੇ ਪਰਦਾ ਗਰਾਊਂਡ 'ਤੇ ਡਿੱਗਾ ਪਿਆ, ਤੜਫ ਰਿਹਾ ਅਤੇ ਸਾਰੇ ਪ੍ਰਬੰਧਕ ਸਾਰੇ ਦਰਸ਼ਕ ਉਤੇਜਿਤ ਹੋ ਕੇ ਇਸ ਮੈਚ ਨੂੰ ਵਾਚ ਰਹੇ ਨੇ, ਦੇਖ ਰਹੇ ਨੇ, ਦੇਖੀਏ ਕੀ ਨਤੀਜਾ ਨਿਕਲਦਾ ਹੈ। ਸੱਟ ਲੱਗੀ ਹੈ ਜੀ ਪਲੇਅਰ ਨੂੰ ਗਰਾਊਂਡ 'ਤੇ ਪਿਆ ਪਰ ਉਹ ਹਿੰਮਤ ਨਹੀਂ ਹਾਰਦਾ ਕਿਉਂਕਿ ਉਹਨੂੰ ਪਤਾ ਕਿ ਗੋਪੀ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਹਦੇ ਮੋਢਿਆਂ 'ਤੇ ਪਈ ਹੈ। ਸੋ ਇਹ ਮੈਚ ਦੁਬਾਰਾ ਫਿਰ ਜਿਹੜਾ ਉਹ ਸ਼ੁਰੂ ਹੋਇਆ। ਦੋ ਖਿਡਾਰੀ ਸੱਟ ਲੱਗਣ ਕਰਕੇ ਗਰਾਊਂਡ ਚੋਂ ਬਾਹਰ ਹੋ ਚੁੱਕੇ ਨੇ ਤੇ ਮੈਨੂੰ ਲੱਗਦਾ ਕਿ ਮਾਲਪੁਰ ਕਲੱਬ ਦੇ ਕੋਲ ਚੇਂਜਸ ਵੀ ਬਹੁਤ ਘੱਟ ਨੇ। ਦੇਖੀਏ ਹੁਣ ਕਿਹੜਾ ਖਿਡਾਰੀ ਗਰਾਊਂਡ ਵਿੱਚ ਦਾਖਲ ਹੁੰਦਾ ਤੇ ਵਿਸਲ ਵੀ ਵੱਜਣੇ ਵਾਲੀ ਹੈ ਹਾਫ ਟਾਈਮ ਦੀ। ਹੁਣ ਤੱਕ ਦੀ ਗੇਮ ਵਿੱਚ ਮਾਲਪੁਰ 1-0 ਦੇ ਨਾਲ ਪਿੱਛੇ ਚੱਲ ਰਿਹਾ ਅਤੇ ਇਸ ਦੇ ਨਾਲ ਹੀ ਇਹ ਜਿਹੜਾ ਮੈਚ ਦਾ ਅੱਧਾ ਸਮਾਂ ਸਮਾਪਤ ਹੋ ਗਿਆ ਹੈ। ਦੋਨਾਂ ਟੀਮਾਂ ਨੇ ਬੜੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਸੋ ਹੁਣ ਦੇਖਦੇ ਹਾਂ ਕਿ ਅਗਲੇ ਹਾਫ ਦੇ ਵਿੱਚ ਕਿਵੇਂ ਦੋਵੇਂ ਕੋਚ ਆਪਣੀ ਟੀਮ ਦੀ ਤਿਆਰੀ ਕਰਕੇ ਆਉਂਦੇ ਨੇ। ਇਹਨਾਂ ਨੇ ਭਾਵੇਂ ਆਪਣੀ ਔਕਾਤ ਵਿਖਾ ਦਿੱਤੀ ਹੈ ਪਰ ਆਪਾਂ ਡਰਨਾ ਨਹੀਂ। ਠੀਕ ਹੈ ਭਾਜੀ, ਇਸ ਗਰਾਊਂਡ ਵਿੱਚ ਭਾਵੇਂ ਆਪਾਂ 10 ਰਹਿ ਜਾਈਏ, ਭਾਵੇਂ 9, ਭਾਵੇਂ 8, ਪਰ ਅਸੀਂ ਲਾਸਟ ਦਮ ਤੱਕ ਫਾਈਟ ਕਰਾਂਗੇ। ਭਾਵੇਂ ਅੱਜ ਆਪਾਂ ਕਮਜ਼ੋਰ ਹਾਂ ਪਰ ਆਪਾਂ ਜਿੱਤ ਕੇ ਜਾਵਾਂਗੇ। ਬਸ ਆਪਣੇ ਤੇ ਵਿਸ਼ਵਾਸ ਰੱਖਿਓ, ਆਪਾਂ ਜਿੱਤਾਂਗੇ। ਜੇ ਪੜਥੇ ਦਾ ਸਾਥ ਹੋਵੇ ਨਾ ਤਾਂ ਪੜਥੂ ਪਾ ਦਈਏ। ਓ ਗੋਪੀ, ਗੋਪੀ, ਗੋਪੀ ਆ ਗਿਆ ਹੁਣ ਦੀ ਹਾਲ ਤੇ। ਮੈਂ ਕੀ ਵੇਖ ਰਿਹਾ ਕਲੱਬ ਦਾ ਸਾਥ ਨੇ ਗੋਪੀ ਟੀਮ ਵਿੱਚ ਵਾਪਸੀ ਕਰ ਗਿਆ। ਵਾਹ ਜੀ ਵਾਹ, ਕਮਾਲ ਹੀ ਹੋ ਗਈ। ਪ੍ਰੋਗਰਾਮ ਚੇਂਜ ਕਰਦੇ। ਇਹ ਤਾਂ ਹੀਰੋ ਹੈ ਇੱਥੋਂ ਦਾ। ਮੰਤਰੀ ਸਾਹਿਬ, ਕਮਾਨੋਂ ਨਿਕਲਿਆ ਤੀਰ, ਜਵਾਨੋਂ ਨਿਕਲੀ ਗੱਲ, ਅਤੇ ਸ਼ਿਕਾਰ ਲਈ ਨਿਕਲਿਆ ਡਿੰਪਾ, ਕਦੇ ਪਿੱਛੇ ਨਹੀਂ ਮੁੜਦੇ। ਗੋਪੀ ਦੇ ਐਂਟਰ ਹੁੰਦਿਆਂ ਹੀ ਸਾਰੇ ਖਿਡਾਰੀਆਂ ਵਿੱਚ ਨਵੀਂ ਜਾਨ, ਨਵੀਂ ਰੂਹ ਫੂਕੀ ਗਈ ਹੈ, ਸਾਰੇ ਖਿਡਾਰੀਆਂ ਵਿੱਚ ਜੋਸ਼ ਆ ਗਿਆ ਅਤੇ ਮੈਨੂੰ ਲੱਗਦਾ ਕਿ ਇਸ ਮੈਚ ਦਾ ਰੋਮਾਂਚ ਹੁਣ ਹੋਰ ਵੀ ਵੱਧ ਜਾਏਗਾ। ਵਿਕਰਮ, ਲੱਗਦਾ ਜਿਹੜੀ ਇੱਕ ਦੋ ਮੈਚ ਜਿੱਤ ਕੇ ਇੱਜ਼ਤ ਕਮਾਈ ਸੀ ਉਹ ਹੁਣ ਮਿੱਟੀ ਹੋ ਜੂ। ਏਜੂ ਆ ਗਿਆ, ਇਹ ਆ ਗਿਆ ਤਾਂ ਫਿਰ ਕੀ ਹੋਇਆ? ਜਿੱਤਣਾ ਤਾਂ ਆਪਾਂ ਹੀ ਹਾਂ, ਪਤਾ ਨਾ ਤੁਹਾਨੂੰ ਸਾਰਿਆਂ ਨੂੰ ਕੀ ਕਰਨਾ। ਹਾਂਜੀ ਬਾਈ ਜੀ। ਸਾਲਿਓ, ਜੇ ਅੱਜ ਤੁਹਾਡੇ 'ਚੋਂ ਕਿਸੇ ਨੇ ਹੁੱਜਾਂ ਨਾ ਮਾਰੀਆਂ ਤਾਂ ਮਾਰ ਮਾਰ ਹੁੱਜਾਂ ਮੈਂ ਟੀਮ 'ਚੋਂ ਬਾਹਰ ਕੱਢ ਦੇਣਾ ਤੁਹਾਨੂੰ, ਸਮਝ ਗਏ ਨਾ? ਚਲੋ।
चलो चलो शाबाश लो जी दोबारा मैच फिर शुरू है ते बॉल ऐसी है जी गोपी दे कोल गोपी ने बॉल दी है शाबाश शाबाश अपने पूरे तरीके नाल बॉल लेके आगे बढ़ रहा ते ब्रूसी टीम बाबा कांदे बिल्कुल तैयार है ते बॉल ऐसी लग रही है जी शैली कोल मेनू लगदा कोई ना कोई मूव मार के जान के ते बॉल गोपी दे कोल आ ते गोपी जेड़ा बॉल नु लेके ब्रूटियां दे खिमे विच पहुंच गया ते कोई ना कोई चश्मा दूर करके मुड़ेगा ए खिलाड़ी देखिए की नतीजा निकलदा बॉल फिर मुड़ के गोपी कोल है गोपी बड़े सुने ठीक रहंदे बिल्कुल करता हुआ बॉल नु अगे जाके जा रहा है देखिए की शॉट निकलदा बॉल फिर गोपी दे कोल है ते परसा ओदा पूरा साथ दे रहा है इस मैच दे दौरान तो दर्शकां लई बड़ा रोमांच बना हुआ जी इस मैच का देखिए नतीजा की होंदा क्योंकि दो से बड़े नाल मारपोरी जिहड़ी टीम है वो पिछे चल रही है आ देखो तकनीकां मुंडा पुछियां पाउंदा बाल दियां कमाल ही करी जांदा है क्योंकि इस खेड दे मैदान विच गोपी दी खेड दो सालां बाद दर्शकां नूं देखण नूं मिली है ते गोपी ने मारिया हिट ते विक्रम दित्ता सिट धरती ते मुंडिया देख नजारे ग्राउंड दे हुण बॉल इस वे फिर गोपी को टीम का पूरा जोर लगा हुआ कौन अच्छा मैच बाजना मिले गोपी को हवा में उठ के मुंडे ने मारी है किक से गोल जी को कोई चांस नहीं इस बॉल रोकने का बॉल जी नैट को जुगे हो गया जी अपना रंग दिखाई दिते खिलाड़ी जड़े चोटी दे मैदान चलते होंगे अपने गोपी के लो जी पैन लग पे भंगड़े मालक ने कर दिता है गोल मैच का रंग बहुत ही सुहावना हो गया बिल्कुल मैनू लगता एक दो मिनट आखिरी रहिंदे ने बड़ा जबरदस्त मूड दोनों टीमों वालों बड़ा जबरदस्त खेड का प्रदर्शन किया जा रहा पर हुण आखिरी टर्म ते मैच पहुंचा होया दिल दियां धड़कनां तेज ने टाइम बड़ा कट बॉल इस वेले गोपी कोल है ते विरोधी गोपी नूं रोकण दी तकनीक दे नाल गोपी ने मारी किक तैयार हो गया जी गोल इस दे नाल ही जिहड़ा स्कोर जिहड़ा एक दो दा हो गया इस दे नाल ही रैफरी दी लंबी विसल ते इह जिहड़ा मैच जिहड़ा मालपुर दे क्लब ने जित्या बहुत बहुत मुबारकां सुमंत्री साहब जेतू टीम नूं जिहड़ी ट्रॉफी दे रहे ने ते साडा गोपी वी आ साडे दरम्यान आ ते मैं दर्शकां तों चाहुंदा कि जोरदार ताड़ियां दे नाल गोपी दा स्वागत करो ते इस मैच विच सब तों वधिया खिडारी दा अवार्ड वी जिहड़ा है उह इस वार गोपी नूं मिलेगा गोपी तू खिडारियां है ता मैनूं पता सी धन्नवाद करदे आ जिहनां पर तैयारी कोटे विचों 2 लाख दी जिहड़ी राशि है इन्ना वधिया खिडारी है इह नहीं सी पता आखिर भरा की दै सत श्रीकाल भाई जी तुसीं खुश रहो आबाद रहो तुसीं भी सानूं ना भुल्लो माफ कर दिओ गोपी लगदा दोवें भरा काफी देर बाद मिले तुसीं जफियां पाओ मैं चलदा चल गोपी तेरी भाभी कदे दी उड़ीकदी है तैनूं बाई जी तुसीं चलो मैं भाभी लई सूट लेके आउणा चंगा जल्दी आ जी भाई ले गड्डी दी चाबी ले जा बस मैं ऐदा ही जोड़ भाई पाया ते जो एक ते मैनू आ लोकां दी नहीं समझ आंदी कल सड़क बनाउंदे ने अज पुट लैंदे ने इधरों राह है की गल बड़े नाके लाए किसी ने अज पता नहीं मैं देखा मैं देखदा ध्यान नाल ओ हेलो है कोई ओ यार गड्डियां किदियां ओ केड़ा शुगली शुगली
जबान दिती सी खुद नूं ओना चिर नहीं सुकन देना जिन्ना चिर तैनू नहीं मारदा। उदन तेरी किस्मत चंगी सी डिंपिया जिहड़ा तैनू थानेदार बचा के लै गया। अज तेरी मौत तैनू इत्थे लैके आई है। घेर के तां असी लियांदा वा तैनू इत्थे। धर्मी साहब तुहानू काम नाल वास्ता होना चाहीदा है, गुंडिया नाल नहीं। मेरा मतलब तां तुसीं समझ ही गए होंगे। भाई किन्नियां दे लक तोड़े, मैनू लगा कि दुनिया डरन लग पई पर हाले नहीं। ए वी वहम कढ देने आ तेरा। नहीं छोटे, अज ये प्रोग्राम सिर्फ तुसी देखना है। ਭਾਬੀ ਮੈਂ ਤੇਰੇ ਲਈ ਸੂਟ ਲਿਆਂਦੇ ਨੇ, ਰੰਗ ਬਹੁਤ ਸੋਹਣੇ ਨੇ। ਸਾਡੀ ਜ਼ਿੰਦਗੀ ਦੇ ਤਾਂ ਸਾਰੇ ਰੰਗ ਤੇਰੇ ਨਾਲ ਹੀ ਨੇ ਗੋਪੀ, ਬਸ ਤੂੰ ਛੇਤੀ ਠੀਕ ਹੋ ਜਾ। ਮੈਨੂੰ ਮਾਫ਼ ਕਰ ਦੇ ਭਾਈ, ਮੈਂ ਤੇਰੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਪਾਇਆ। ਕੱਲੀਆਂ ਤੁਹਾਡੀਆਂ ਹੀ ਨਹੀਂ, ਮੈਂ ਕਿਸੇ ਦੀਆਂ ਵੀ ਉਮੀਦਾਂ 'ਤੇ ਖਰਾ ਨਹੀਂ ਉਤਰ ਪਾਇਆ। ਜੋ ਵੀ ਰਿਜ਼ਲਟ ਆਉਂਦਾ ਆਪ ਜੀ ਨੂੰ ਜਲਦੀ ਦੱਸ ਦਿੱਤਾ ਜਾਵੇਗਾ। ਮੰਤਰੀ ਸਾਹਿਬ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੋ ਵੀ ਹੋਇਆ ਬਹੁਤ ਬੁਰਾ ਹੋਇਆ, ਇਹ ਅਪੋਜੀਸ਼ਨ ਦੀ ਚਾਲ ਵੀ ਹੋ ਸਕਦੀ ਹੈ ਸਾਡੀ ਸਰਕਾਰ ਨੂੰ ਗਰਾਉਣ ਵਾਸਤੇ।
ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਪੁਲਿਸ ਨੇ ਡਿੰਪੇ ਨੂੰ ਗ੍ਰਿਫਤਾਰ ਕਰ ਲਿਆ। ਅਸੀਂ ਇਸ ਘਟਨਾ ਦੀ ਤਹਿ ਤੱਕ ਜਾ ਕੇ ਛਾਣਬੀਣ ਕਰਵਾਵਾਂਗੇ ਔਰ ਆਪਣੇ ਪਾਰਟੀ ਵਰਕਰਸ ਦੇ ਨਾਲ ਕਦੇ ਵੀ ਜ਼ਿਆਦਤੀ ਨਹੀਂ ਹੋਣ ਦੇਵਾਂਗੇ। ਮੰਤਰੀ ਸਾਹਿਬ, ਚੱਲ ਕਾਕਾ। ਮੰਤਰੀ ਸਾਹਿਬ, ਜਿੰਨਾ ਚਿਰ ਮੇਰੇ ਜੇ ਆਸ਼ਕਾਂ ਦੇ ਦਿਲ ਟੁੱਟਦੇ ਰਹਿਣਗੇ ਨਾ, ਉਹਨਾਂ ਚਿਰ ਇਹਨਾਂ ਮੰਤਰੀਆਂ ਦੇ ਕਾਰੋਬਾਰ ਚੱਲਦੇ ਰਹਿਣਗੇ। ਸਭ ਤੋਂ ਪਹਿਲੀ ਗੋਲੀ ਧਰਮੀ ਤੇ ਮਾਰਨੀ ਚਾਹੀਦੀ ਹੈ। ਕੱਲੇ ਕੱਲੇ ਨੂੰ ਮਾਰੂੰਗਾ, ਸਭ ਸਮਝ ਗਿਆ ਮੈਂ। ਬਾਈ, ਸਾਨੂੰ ਤਾਂ ਸਾਡੇ ਸਿਸਟਮ ਨੇ ਹੀ ਮਾਰਤਾ। ਜੇ ਆਪਾਂ ਇਮੋਸ਼ਨਲ ਨਾ ਹੁੰਦੇ ਤੇ ਸਿਸਟਮ ਵੀ ਅਸੀਂ ਚਲਾਉਂਦੇ। ਤੂੰ ਫਿਕਰ ਨਾ ਕਰ ਗੋਪੀ, ਸਭ ਠੀਕ ਹੋ ਜਾਊਗਾ। ਸਿਸਟਰ, ਇੰਜੈਕਸ਼ਨ ਪਲੀਜ਼। ਹਮਨੇ ਇੰਜੈਕਸ਼ਨ ਲਗਾ ਦਿਆ ਹੈ, ਬਟ ਕੰਡੀਸ਼ਨ ਬਹੁਤ ਸੀਰੀਅਸ ਹੈ। ਅਗਰ ਦੁਬਾਰਾ ਸਪਾਜ਼ਮ ਹੁਆ ਤੋ ਹਮੇ ਇਮੀਡੀਏਟ ਸਰਜਰੀ ਕਰਨੀ ਪੜੇਗੀ। ਗੋਪੀ, ਗੋਪੀ, ਮੈਂ ਚੱਲਦਾ। ਮੈਨੂੰ ਲੱਗਦਾ ਹੈ ਗੋਪੀ ਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਹੈ। ਫਿਕਰ ਨਾ ਕਰ, ਅਸੀਂ ਹਾਂ। ਜੱਸੀ, ਹਾਲੇ ਵੀ ਮੁੰਡਾ ਤੇਰਾ ਸੋਹਣਾ, ਪਿਓ ਤੇ ਕਿਆ ਲੱਗਦਾ, ਨਾ ਕੀ ਰੱਖਿਆ ਇਹਦਾ। ਬਾਈ, ਹਾਂ ਗੋਪੀ, ਜੇ ਨਾ ਇਹਨੇ ਗੋਪੀ ਰੱਖਿਆ ਨਾ ਤੇ ਇੱਕ ਫੁੱਟਬਾਲ ਵੀ ਲਿਆ ਦੀ ਇਹਨੂੰ। Sing a 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 sing
ਜ਼ਿਗ-ਜ਼ੈਗ ਬਾਈਕ ਚੱਲੇ ਸੜਕਾਂ ਤੇ ਕਰੇ ਡਿਸਕੋ ਸ਼ਰਤ ਹਰਾਨੇ ਆ ਖਮਾ 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 ਤੇ ਕਿਕ ਸਟਾਰਟ ਖਮਾ 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 ਕਿਵੇਂ ਕਿਕ ਸਟਾਰਟ ਜੇ ਰਿਸਕ ਸੇ ਨਾ ਲਾਨੇ ਆ ਲਾ ਕੇ ਸ਼ਰਤ ਹਰਾਨੇ ਆ ਨਾ ਦੂਜੇ ਨਾ ਤੀਜੇ ਪਹਿਲੇ ਨੰਬਰ ਤੇ ਆਨੇ ਆ ਲੂਜ਼ਰ ਤੇ ਲੱਖਾਂ ਨੇ ਲੂਜ਼ਰ ਤੇ ਲੱਖਾਂ ਨੇ ਪਰ ਵਿਨਰ ਹੈ ਬਸ ਕੋ ਜ਼ਿਗ 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 ਬਾਈਕ ਚੱਲੇ ਸੜਕਾਂ ਤੇ ਕਰੇ ਡਿਸਕੋ ਜ਼ਿਗ 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 ਬਾਈਕ ਚੱਲੇ ਸੜਕਾਂ ਤੇ ਕਰੇ ਡਿਸਕੋ ਬੈਠਣ ਨੂੰ ਕੁੜੀਆਂ ਦੀ ਲਾਈਨ ਲੱਗੀ ਐ ਫਿਰ ਵੀ ਤੈਨੂੰ ਕੀ ਦੱਸੀਏ ਇੱਕ ਤੂੰ ਹੀ ਫਾਈਨ ਲੱਗੀ ਐ ਉਹ ਸਾਡੇ ਪਿੱਛੇ ਬੈਠਣ ਨੂੰ ਕੁੜੀਆਂ ਦੀ ਲਾਈਨ ਲੱਗੀ ਐ ਫਿਰ ਵੀ ਤੈਨੂੰ ਕੀ ਦੱਸੀਏ ਇੱਕ ਤੂੰ ਹੀ ਫਾਈਨ ਲੱਗੀ ਐ ਇੱਕ ਤੇਰੀ ਕੇਅਰ ਕਰਦਾ ਹਾਂ ਮੈਂ ਤੇਰੀ ਕੇਅਰ ਕਰਦਾ ਹਾਂ ਮੈਂ ਦੁਨੀਆਂ ਦੀ ਪਰਵਾਹ ਹੈ ਕਿਸ ਕੋ ਚਲ